ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਅਸੀਂ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਉਹਨਾਂ ਭਗਦੇ ਮਸਲਿਆਂ ਦੀ ਗੱਲ ਕਰਦੇ ਹਾਂ, ਉਹਨਾਂ ਇਸ਼ੂਜ਼ ਦੀ ਗੱਲ ਕਰਦੇ ਹਾਂ ਜੋ ਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਡਾਇਲੋਗ ਬਣ ਰਹੇ ਹਨ। ਔਰ ਅੱਜ ਜਦ ਇਸ ਮੰਚ ਦੀ ਸ਼ੁਰੂਆਤ ਮੈਂ ਕਰਨ ਜਾ ਰਿਹਾ, ਇਹ ਮੰਚ ਅੱਜ ਤਿਆਰ ਕੀਤਾ ਗਿਆ ਵੱਖ ਵੱਖ ਅਦਾਰਿਆਂ ਦੇ ਕੋਲ ਅਸੀਂ ਜਾਵਾਂਗੇ ਔਰ ਤੁਹਾਨੂੰ ਉਹ ਗੂੰਜ ਜੋ ਕਿ ਇਸ ਟਾਈਮ ਭਾਰਤ ਦੇ ਵਿੱਚ ਸਾਨੂੰ ਸੁਣਨ ਨੂੰ ਮਿਲ ਰਹੀ ਹੈ, ਜਿੱਥੇ ਅੱਜ ਲੋਕ ਸਭਾ ਚੋਣਾਂ ਦਾ ਨਤੀਜਾ ਸਾਹਮਣੇ ਆਇਆ 2019 ਦਾ। ਇਹਨੂੰ ਲੈ ਕੇ ਅਸੀਂ ਕਈ ਸਾਰੇ ਮੁੱਦੇ ਕੀਤੇ, ਕਈ ਸਾਰੇ ਵਿਸ਼ਲੇਸ਼ਣ ਜਿਹੜੇ ਨੇ ਅੱਜ ਇਸ ਮੰਚ ਦੇ ਉੱਤੇ ਹੋਏ, ਕਈ ਸਾਰੇ ਓਪੀਨੀਅਨ ਪੋਲ ਅਸੀਂ ਲੈ ਕੇ ਆਏ, ਲੇਕਿਨ ਕਵਾਇਦ ਜਿਹੜੀ ਸੀਗੀ ਉਹ ਲਗਾਈ ਜਾ ਰਹੀ ਸੀਗੀ ਕਿ ਭਾਰਤ ਦੇ ਵਿੱਚ ਮੋਦੀ ਸਰਕਾਰ ਜਿਹੜੀ ਹੈ ਉਹ ਬਣ ਸਕਦੀ ਹੈ ਔਰ ਮੁੜ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਸਕਦੇ ਹਨ। ਅੱਜ ਉਸ ਗੱਲ ਨੂੰ ਅਮਲੀ ਜਾਮਾ ਬਣਾਇਆ ਗਿਆ। 340 ਤੋਂ ਜ਼ਿਆਦਾ ਸੀਟਾਂ ਜਿਹੜੀ ਹੈ ਉਹ NDA ਦੇ ਪੱਖ ਦੇ ਵਿੱਚ ਪਈਆਂ ਔਰ ਜਿੱਥੇ ਮੋਦੀ ਮੁੜ ਤੋਂ ਪ੍ਰਧਾਨ ਮੰਤਰੀ ਬਣੇ, ਲੇਕਿਨ ਉਹ ਗੂੰਜ ਜਿਹੜੀ ਭਾਰਤ ਦੇ ਵਿੱਚ ਸੁਣਨ ਨੂੰ ਮਿਲ ਰਹੀ ਹੈ ਉਹਦੀ ਇੱਕ ਗੂੰਜ ਔਰ ਉਹਦੀ ਆਵਾਜ਼ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਉੱਤੇ ਵੀ ਸੁਣਨ ਨੂੰ ਮਿਲ ਰਹੀ ਹੈ। ਅੱਜ ਕਈ ਸਾਰੀਆਂ ਮਹਿਲਾਵਾਂ ਅਤੇ ਭੈਣਾਂ ਮੇਰੇ ਨਾਲ ਮੌਜੂਦ ਹਨ ਜੋ ਕਿ ਮੋਦੀ ਨੂੰ ਸਪੋਰਟ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਮੈਂ ਵੇਖ ਪਾ ਰਿਹਾ ਕਿ ਕਿੰਨੀ ਉਤਸ਼ਾਹਿਤ ਹਨ ਇੱਥੇ ਜਿਹੜੇ ਪਿੰਕੀ ਜੱਗੀ ਹਨ ਜੋ ਕਿ ਇਸ ਪੂਰੇ ਗਰੁੱਪ ਨੂੰ ਨੁਮਾਇੰਦਗੀ ਕਰਦੇ ਹਨ, ਜੋਤੀ ਗੁਪਤਾ ਜੋ ਕਿ ਇਸ ਗਰੁੱਪ ਦੀ ਨੁਮਾਇੰਦਗੀ ਕਰਦੇ ਹਨ ਅਤੇ ਨਾਲ ਆਰਤੀ ਮਜੀਠੀਆ ਹੋਰੀ, ਉਹ ਅੱਜ ਮੋਦੀ ਨੂੰ ਸਪੋਰਟ ਕਰਦੇ ਹੋਏ ਕਿਉਂ ਨਜ਼ਰ ਆ ਰਹੇ ਹਨ। ਔਰ ਇਸ ਤੋਂ ਪਹਿਲਾਂ ਮੋਦੀ ਮੋਦੀ ਦੇ ਜਿਹੜੇ ਨਾਰੇ ਸੀਗੇ ਉਹ ਸੁਣਨ ਨੂੰ ਮਿਲ ਰਹੇ ਸੀਗੇ, ਤਾਂ ਤੁਸੀਂ ਵੇਖ ਸਕਦੇ ਹੋ ਤੇ ਲੱਗਦਾ ਜਿਹੜਾ ਮੋਦੀ ਮੈਜਿਕ ਹੈ ਉਹ ਅੱਜ ਵੀ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਉੱਤੇ ਬਰਕਰਾਰ ਹੈ ਔਰ ਮੋਦੀ ਮੋਦੀ ਜਿਹੜੀ ਹੈ ਉਹ ਗੂੰਜ ਜਿਹੜੀ ਹੈ ਸੁਣਨ ਨੂੰ ਮਿਲ ਰਹੀ ਹੈ। ਲੇਕਿਨ ਮੋਦੀ ਆਉਣ ਵਾਲੇ 5 ਸਾਲਾਂ ਦੇ ਵਿੱਚ ਕੀ ਕਰਨਗੇ ਔਰ ਇਹਨਾਂ ਨੇ ਮੋਦੀ ਦੀ ਹਿਮਾਇਤ ਕਿਉਂ ਕੀਤੀ, ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸਪੋਰਟ ਕਰਦੇ ਹੋਏ NRI ਭੈਣਾਂ ਕਿਉਂ ਨਜ਼ਰ ਆ ਰਹੀਆਂ ਹਨ, ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪਿੰਕੀ ਜੱਗੀ ਜੀ, ਕਿਉਂ ਲੱਗਦਾ ਕਿ ਮੋਦੀ ਨੂੰ ਲਿਆਉਣ ਦੀ ਜ਼ਰੂਰਤ ਸੀਗੀ ਔਰ ਫਿਰ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਹੁਣ ਮੋਦੀ ਹੋਵੇਗਾ? ਪਿੰਕੀ ਬਤਾ ਰਹੀ ਹੈ, ਪਹਿਲੇ ਹਮਨੇ 2 ਹਫਤੇ 3 ਹਫਤੇ ਪਹਿਲੇ ਮੰਜੂ ਮਲਹੋਤਰਾ ਕੇ ਘਰ ਮੇ ਹਮਨੇ 80 ਲੋਕਾਂ ਨੇ ਕੀਤਾ ਸੀ ਮੋਦੀ ਜੀ ਵਾਸਤੇ, ਤਾਂ ਅਸੀਂ 40 ਲੇਡੀਜ਼ ਨਾਲ ਇਹੀ ਕਿਹਾ ਸੀ ਸਾਨੂੰ ਮੋਦੀ ਜੀ ਚਾਹੀਦੇ ਨੇ। ਕਿਉਂ ਚਾਹੀਦੇ ਨੇ? ਕਿਉਂਕਿ ਮੋਦੀ ਜੀ ਇੰਨਾ ਕੰਮ ਕਰ ਰਹੇ ਸੀ ਸਾਡੇ ਹਿੰਦੁਸਤਾਨ ਨੂੰ ਉੱਪਰ ਚੁੱਕਣ ਵਾਸਤੇ। ਸਾਨੂੰ ਇੱਕ ਬਹੁਤ ਅੱਛਾ ਇਨਸਾਨ ਚਾਹੀਦਾ ਜੋ ਹਿੰਦੁਸਤਾਨ ਨੂੰ ਅੱਗੇ ਚੁੱਕੇ। ਉਹ ਇੱਕ ਮੋਦੀ ਜੀ ਸੀ ਜਿਨ੍ਹਾਂ ਦੇ ਅੰਦਰ ਇੰਨੀ ਉਮੰਗ ਸੀ, ਇੰਨੀ ਉਮੰਗ ਸੀ ਕਿ ਲਿਆਉਣਾ, ਜਿਨ੍ਹਾਂ ਨੇ ਜਿਹੜਾ ਸਾਡਾ ਹੋਇਆ ਸੀ ਪੱਥਰ ਦਾ ਜਵਾਬ ਇੱਟ ਨਾਲ ਦਿੱਤਾ ਸੀ, ਮੋਦੀ ਲੈ ਕੇ ਆ ਰਹੇ ਨੇ ਵਾਪਿਸ 10 ਸਾਲ ਤੱਕ। ਅਸੀਂ ਸਾਰੀ ਰਾਤ ਨਹੀਂ ਸੁੱਤੇ ਮੋਦੀ ਜੀ ਨੂੰ ਦੇਖਦੇ ਰਹੇ ਹਾਂ। ਸਾਨੂੰ ਬੜੀ ਖੁਸ਼ੀ ਹੈ ਸਾਡੇ ਮੋਦੀ ਜੀ ਪ੍ਰਧਾਨ ਮੰਤਰੀ ਵਾਪਿਸ ਆ ਗਏ ਨੇ। ਮੋਦੀ ਜੀ ਹੁਣ ਇੰਨਾ ਅੱਛਾ ਸਾਡਾ ਹਿੰਦੁਸਤਾਨ ਬਣਾ ਦੇਣਗੇ ਤਾਂ ਕਿ ਮੇਰੀਆਂ ਭੈਣਾਂ ਜਾਣ ਬੜੀਆਂ ਖੁਸ਼ ਹੋਣ ਕਿ ਸਾਡਾ ਹਿੰਦੁਸਤਾਨ। ਮੋਦੀ ਜੀ, ਮੋਦੀ ਜੀ, ਫਿਰ ਇੱਕ ਵਾਰ ਮੋਦੀ ਜੀ, ਫਿਰ ਇੱਕ ਵਾਰ ਮੋਦੀ। ਤੇ ਮੋਦੀ ਦੇ ਰੰਗ ਦੇ ਵਿੱਚ ਰੰਗਦੇ ਹੋਏ ਇੱਥੇ ਜਿਹੜੀ ਮਹਿਲਾਵਾਂ ਹਨ ਉਹ ਨਜ਼ਰ ਆ ਰਹੀ ਹਨ ਅਤੇ ਭਾਰਤ ਨੂੰ ਅੱਗੇ ਲਿਜਾਉਣ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਮੋਦੀ ਦੇ ਵਿੱਚ ਉਹ ਕੈਪੇਬਿਲਿਟੀ ਹੈ ਕਿ ਉਹ ਭਾਰਤ ਨੂੰ ਅੱਗੇ ਲਿਜਾ ਸਕਦੇ ਹਨ। ਇਸ ਕਰਕੇ NRI ਭੈਣਾਂ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਜੋ ਕਿ ਹੁਣ ਸਹੁੰ ਲੈਣਗੇ ਮੁੜ ਤੋਂ 2019 ਤੋਂ ਲੈ ਕੇ ਅਗਲੇ 5 ਸਾਲ ਤੱਕ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਰਹਿਣਗੇ, ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ BJP ਨੂੰ ਸਪੋਰਟ ਕਰਦੇ ਹੋਏ ਇੱਥੇ ਜਿਹੜੀਆਂ ਮਹਿਲਾਵਾਂ ਹਨ ਉਹ ਨਜ਼ਰ ਆ ਰਹੀਆਂ ਹਨ। ਮੇਰੇ ਨਾਲ ਇਸ ਟਾਈਮ ਮੰਜੂ ਮੌਜੂਦ ਹਨ ਜਿਨ੍ਹਾਂ ਨੇ ਬਕਾਇਦਾ ਤੌਰ ਦੇ ਉੱਤੇ ਲੌਂਗ ਆਈਲੈਂਡ ਦੀ ਜਿਹੜੀ ਲੇਡੀਜ਼ ਹਨ ਆਪਣੇ ਘਰ ਦੇ ਵਿੱਚ ਪ੍ਰੋਗਰਾਮ ਕਰਵਾਇਆ ਸੀਗਾ ਅਤੇ ਅੱਜ ਜਸ ਪੰਜਾਬੀ ਦੀ ਟੀਮ ਜ਼ਮੀਨੀ ਪੱਧਰ 'ਤੇ ਪਹੁੰਚੀ ਹੈ ਲੋਕਾਂ ਦਾ ਹਾਲ ਇਹ ਜਾਣਨ ਦੇ ਲਈ ਕਿ ਉਹ ਫਿਰ ਮੋਦੀ ਸਰਕਾਰ ਆਉਣੀ ਚਾਹੀਦੀ ਹੈ ਜਾਂ ਫਿਰ ਮੋਦੀ ਮੁੜ ਤੋਂ ਕਿਉਂ ਰਿਪੀਟ ਹੋਣੇ ਚਾਹੀਦੇ ਹਨ ਅਤੇ ਮੰਜੂ ਕਿਉਂ ਤੁਹਾਨੂੰ ਲੱਗਦਾ? ਕਿਉਂਕਿ ਇਹਨਾਂ 5 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਬਹੁਤ ਕੁਛ ਇੰਡੀਆ ਵਾਸਤੇ ਕੀਤਾ, ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਲਾਈਕ ਰੈਫਲ ਦਾ ਕੇਸ ਹੋਇਆ ਔਰ ਗੈਸ ਲੋਕਾਂ ਨੂੰ, ਗਰੀਬ ਲੋਕਾਂ ਨੂੰ ਘਰ ਦਿੱਤੇ, ਗੈਸ ਗਰੀਬ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਈ ਆ, ਹੋਰ ਵੀ ਕਈ ਚੀਜ਼ਾਂ ਦੇ ਵਿੱਚ ਕਾਫੀ ਮੁੱਦੇ ਐਸੇ ਹੈਗੇ ਆ, ਅਗਰ ਆਪਾਂ ਡਿਸਕਸ਼ਨ ਹੁਣੇ ਕਰਨ ਬੈਠੀਏ ਤਾਂ ਮੈਨੂੰ ਲੱਗਦਾ ਨੈਵਰ ਐਂਡਿੰਗ ਆ।
ਤੇ ਹੁਣ ਆਉਣ ਵਾਲੇ 5 ਸਾਲਾਂ ਦੇ ਵਿੱਚ ਵੀ ਸਾਨੂੰ ਬਹੁਤ ਉਮੀਦ ਆ। ਔਰ ਮੋਦੀ ਜੀ ਨੇ ਆਪਣਾ ਪਰਸਨਲ ਲਾਈਫ ਨੂੰ ਅਗਰ ਦੇਖਿਆ ਜਾਵੇ ਤਾਂ ਉਹਨਾਂ ਦੀ ਪਰਸਨਲ ਲਾਈਫ ਕੁਝ ਵੀ ਨਹੀਂ ਹੈਗੀ, ਉਹਨਾਂ ਨੇ ਕੁਝ ਵੀ ਨਹੀਂ ਕੀਤਾ ਆਪਣੇ ਲਈ, ਸਾਰਾ ਕੁਝ ਦੇਸ਼ ਦੇ ਵਿਕਾਸ ਲਈ ਕੀਤਾ ਹੁਣ ਤੱਕ ਜੋ ਵੀ। ਔਰ 5 ਸਾਲ ਆਉਣ ਵਾਲੇ ਵੀ ਬਹੁਤ ਹੀ ਅੱਛਾ ਫਿਊਚਰ ਹੋਏਗਾ ਇੰਡੀਆ ਵਾਸਤੇ। ਅਤੇ NRI ਭੈਣਾਂ ਸਪੋਰਟ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ, ਅਤੇ ਇਹਨਾਂ ਵਿੱਚ ਕਈ ਕਾਰੋਬਾਰੀ ਮਹਿਲਾਵਾਂ ਵੀ ਹਨ ਜੋ ਕਿ ਚਾਹੁੰਦੀ ਹਨ ਕਿ ਅਸੀਂ ਭਾਰਤ ਦੇ ਵਿੱਚ ਇਨਵੈਸਟਮੈਂਟ ਕਰੀਏ ਆਉਣ ਵਾਲੇ 5 ਸਾਲਾਂ ਦੇ ਵਿੱਚ। ਉਹਨਾਂ ਵਿੱਚੋਂ ਜੋਤੀ ਸ਼ਰਮਾ ਮੇਰੇ ਨਾਲ ਇੱਥੇ ਮੌਜੂਦ ਹਨ। ਜੋਤੀ, ਕਿਉਂ ਇੰਪੋਰਟੈਂਟ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਬਣਾਉਣਾ ਔਰ ਉਹਨਾਂ ਦੀ ਸਪੋਰਟ ਕਰਨੀ? ਕਿਉਂਕਿ ਫਸਟ ਆਫ ਆਲ ਆਈ ਵਾਂਟ ਟੂ ਸੇ ਹਾਰਟੀਐਸਟ ਕੰਗ੍ਰੈਚੁਲੇਸ਼ਨਸ ਟੂ ਮਿਸਟਰ ਮੋਦੀ ਫੋਰ ਟੇਕਿੰਗ ਆਰ ਕੰਟਰੀ ਔਨ ਸੱਚ ਏ ਹਾਈ ਯੂ ਨੋ ਹਾਈਟਸ। ਵਾਈ ਇਟ ਵਾਸ ਵੈਰੀ ਇੰਪੋਰਟੈਂਟ ਹਰਕੀਰਤ, ਬਿਕਾਜ਼ ਵਾਟ ਆਈ ਥਿੰਕ India is developing so fast and we need some change in India, which Modi, we have seen what he did in last 5 years and we want to continue whatever. So, Jyoti, what do you expect another 5 years? I expect him to do more development in India, more development in real estate. So, and you know, as a NRIs, when we go there, we invest there, so we could help him to develop the country too. The Long Island de vich jehda ajj hungara ਨਰਿੰਦਰ ਮੋਦੀ ਨੂੰ ਮਿਲ ਰਿਹਾ ਹੈ, ਉਹ ਇਸ ਕਰਕੇ ਹਿਮਾਇਤ ਕਰਨਾ ਚਾਹੁੰਦੇ ਹਨ ਕਿ ਨਰਿੰਦਰ ਮੋਦੀ ਕੋਈ ਅਜਿਹੀ ਪਾਲਿਸੀਜ਼ ਲੈ ਕੇ ਆਉਣ ਕਿ ਇੱਥੋਂ ਦੀ ਜਿਹੜੀ NRI ਭੈਣਾਂ ਹਨ ਉਹ ਆਪਣੇ ਹਸਬੈਂਡ ਨੂੰ ਕਹਿ ਸਕਣ ਔਰ ਖੁਦ ਆਪ ਵੀ ਇਹ ਮੁਕੰਮਲ ਹਨ, ਇਹ ਇਨਵੈਸਟਮੈਂਟ ਕਰ ਸਕਦੀਆਂ ਹਨ ਅਤੇ ਚਾਹੁੰਦੀਆਂ ਹਨ ਕਿ ਅਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਇੰਡੀਆ ਦੇ ਵਿੱਚ, ਅਤੇ ਕੋਈ ਅਜਿਹੀ ਨੀਤੀ ਜਿਹੜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਾਉਣ ਤਾਂ ਕਿ ਅਸੀਂ ਇਨਵੈਸਟਮੈਂਟ ਉੱਥੇ ਕਰ ਸਕੀਏ। ਬਕਾਇਦਾ ਤੌਰ ਦੇ ਉੱਤੇ ਉਹ ਚਾਹੁੰਦੇ ਹਨ ਕਿ ਉੱਥੇ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਹੋਰ ਕਿਹੜੇ ਮਸਲਿਆਂ ਦੇ ਉੱਤੇ ਉਹ ਨਰਿੰਦਰ ਮੋਦੀ ਨੂੰ ਸਪੋਰਟ ਕਰਦੇ ਹੋਏ ਨਜ਼ਰ ਆਏ। ਆਰਤੀ ਮਜੀਠੀਆ ਮੇਰੇ ਨਾਲ ਮੌਜੂਦ ਹਨ। ਆਰਤੀ, ਕੀ ਲੱਗਦਾ ਕਿ ਨਰਿੰਦਰ ਮੋਦੀ ਹੁਣ ਮੁੜ ਤੋਂ ਆਉਣਗੇ, ਭਾਰਤ ਦਾ ਵਿਕਾਸ ਹੁਣ ਹੋਰ ਤੇਜ਼ੀ ਨਾਲ ਹੋਏਗਾ ਕਿ ਨਹੀਂ ਹੋਏਗਾ? ਹਾਂਜੀ, ਇਕਨੋਮਿਕ ਡਿਵੈਲਪਮੈਂਟ ਬਹੁਤ ਕੀਤੀ ਹੈ ਅਤੇ ਹੋਰ ਵੀ ਹੋਏਗੀ। ਨਾਲੇ ਉਹ ਮਹਿਲਾਵਾਂ ਵਾਸਤੇ ਕਿੰਨਾ ਕੁਝ ਕਰ ਰਹੇ ਨੇ, ਮੁਸਲਿਮ ਔਰਤਾਂ ਵਾਸਤੇ ਉਹਨਾਂ ਨੇ ਜਿਹੜਾ ਤਲਾਕ ਦਾ ਇਸ਼ੂ ਕੀਤਾ ਹੈ ਉਹਦੇ ਉੱਤੇ ਉਹਨਾਂ ਨੂੰ ਬਹੁਤ ਜ਼ਿਆਦਾ ਐਪਰੀਸੀਏਸ਼ਨ ਹੈ ਅਤੇ ਇਕਨੋਮਿਕਲੀ ਹੀ ਵਿਲ ਰੀਅਲੀ ਰੀਅਲੀ ਟੇਕ ਦਿਸ ਕੰਟਰੀ ਫਾਰ ਐਂਡ ਵੀ ਸਪੋਰਟ ਮੋਦੀ ਆਲ ਦ ਵੇ। ਅਤੇ ਬਾਰ ਬਾਰ ਮੋਦੀ ਸਰਕਾਰ ਦੀ ਗੱਲ ਇੱਥੇ ਕਰਦੇ ਹੋਏ ਨਜ਼ਰ ਆ ਰਹੇ ਹਨ, ਲੇਕਿਨ 340 ਤੋਂ ਵੀ ਜ਼ਿਆਦਾ ਸੀਟਾਂ NDA ਦੇ ਪੱਖ ਦੇ ਵਿੱਚ ਆਈਆਂ ਹਨ ਅਤੇ ਇਹ ਤਾਂ ਮਹਿਲਾਵਾਂ ਦਾ ਕਹਿਣਾ ਸੀਗਾ। ਹੁਣ ਸਾਡੇ ਜਿਹੜੇ ਭਰਾ ਹਨ, ਯਾਨੀ ਕਿ ਜਿਹੜੀ ਮੇਲ ਡੋਮੀਨੇਟਿੰਗ ਜਿਹੜੇ ਵਿਊਅਰਸ ਹਨ ਜੋ ਕਿ ਮੋਦੀ ਦੇ ਚਾਹਵਾਨ ਹਨ, ਭਾਰਤ ਨੂੰ ਪਿਆਰ ਕਰਨ ਵਾਲੇ ਹਨ, ਉਹ ਕੀ ਕੁਝ ਕਹਿਣਾ ਚਾਹੁੰਦੇ ਹਨ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਫਿਲਹਾਲ ਮੈਂ ਇੱਥੇ ਰੁਕ ਰਿਹਾ ਇੱਕ ਨਿੱਕੇ ਜਿਹੇ ਵਕਫੇ ਲਈ। ਇਹਨਾਂ ਸੈਲੀਬ੍ਰੇਸ਼ਨਸ ਨੂੰ ਅਸੀਂ ਇਸੇ ਤਰੀਕੇ ਨਾਲ ਵੀ ਜਾਰੀ ਰੱਖਾਂਗੇ, ਲੇਕਿਨ ਜਾਂਦੇ ਜਾਂਦੇ ਮੈਂ ਜ਼ਰੂਰ ਜੋਤੀ ਗੁਪਤਾ ਜੋ ਕਿ ਇਸ ਪੂਰੇ ਗਰੁੱਪ ਦੀ ਹਿਮਾਇਤ ਕਰਦੇ ਹੋਏ ਨਜ਼ਰ ਆਉਂਦੇ ਹਨ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਉਹ ਕੀ ਕੁਝ ਕਹਿੰਦੇ ਹੋਏ ਸਾਡੇ ਦਰਸ਼ਕਾਂ ਲਈ ਨਜ਼ਰ ਆ ਰਹੇ ਹਨ, ਇੱਕ ਵਾਰੀ ਉਹ ਵੀ ਜਾਣ ਲੈਂਦੇ। ਜੋਤੀ, ਕਿੰਨਾ ਇੰਪੋਰਟੈਂਟ ਸੀਗਾ ਸਾਡੇ ਲਈ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣਨਾ ਜਾਂ ਫਿਰ ਉਹਨਾਂ ਨੂੰ ਬਣਾਉਣਾ? ਮੈਂ 4 ਲਾਈਨਾਂ ਕਹਿਣਾ ਚਾਹੁੰਦੀ ਹਾਂ। ਆਗ ਕੇ ਅੰਗਾਰੋਂ ਕੋ ਛੁਪਾਇਆ ਜਾ ਨਹੀਂ ਸਕਤਾ, ਆਂਧੀ ਔਰ ਤੂਫਾਨ ਕੋ ਦਬਾਇਆ ਜਾ ਨਹੀਂ ਸਕਤਾ, ਮੋਦੀ ਜੈਸਾ ਦੂਸਰਾ PM ਦੇਸ਼ ਮੇ ਆ ਨਹੀਂ ਸਕਤਾ, ਔਰ ਬਿਨ ਮੋਦੀ ਕੇ ਭਾਰਤ ਇਸ ਦੁਨੀਆ ਮੇ ਛਾ ਨਹੀਂ ਸਕਤਾ। ਬਿਨ ਮੋਦੀ ਦੇ ਭਾਰਤ ਛਾ ਨਹੀਂ ਸਕਦਾ। ਲੇਕਿਨ ਹੁਣ ਇੱਥੇ ਕਵਾਇਦ ਜਿਹੜੀ ਹੈ ਉਹ ਇਹ ਸ਼ੁਰੂ ਹੋਈ ਹੈ, ਜੇਕਰ ਮੈਂ ਪੰਜਾਬ ਦੀ ਗੱਲ ਕਰ ਲਵਾਂ ਤਾਂ 8 ਸੀਟਾਂ ਕਾਂਗਰਸ ਦੇ ਹੱਕ ਦੇ ਵਿੱਚ ਆਈਆਂ, 3 ਸੀਟਾਂ ਸ਼੍ਰੋਮਣੀ ਅਕਾਲੀ ਦਲ BJP ਦੇ ਹੱਕ ਦੇ ਵਿੱਚ ਆਈਆਂ, ਔਰ 1 ਸੀਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਜਿੱਤ ਕੇ ਗਈ। ਅਤੇ ਯਾਨੀ ਕਿ ਜਿਹੜਾ ਮੋਦੀ ਮੈਜਿਕ ਉਹ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲਿਆ। 2 ਸੀਟਾਂ, ਮੈਂ ਮਾਫੀ ਚਾਹਾਂਗਾ, 2 ਸੀਟਾਂ BJP ਦੇ ਹੱਕ ਦੇ ਵਿੱਚ ਆਈਆਂ ਔਰ 2 ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਆਈਆਂ। ਅਤੇ ਕਿਤੇ ਨਾ ਕਿਤੇ ਜਿਹੜਾ ਮੋਦੀ ਮੈਜਿਕ ਸੀਗਾ ਉਹ ਪੰਜਾਬ ਦੀ ਧਰਤੀ ਦੇ ਉੱਤੇ ਵੀ ਵੇਖਣ ਨੂੰ ਮਿਲਿਆ। ਲੇਕਿਨ ਸਾਡੇ NRI ਭਰਾ ਕੀ ਕੁਝ ਦੱਸਣਾ ਚਾਹੁੰਦੇ ਹਨ ਔਰ ਕਿਉਂ ਉਹ ਸਪੋਰਟ ਕਰਨਾ ਚਾਹੁੰਦੇ ਹਨ? ਬ੍ਰੇਕ ਤੋਂ ਜਦ ਆਪਾਂ ਵਾਪਸ ਆਵਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਾਣਾਂਗੇ ਉਹਨਾਂ ਦਾ ਪੁਆਇੰਟ ਆਫ ਵਿਊ। ਮਿਲਦੇ ਹਾਂ ਇਸ ਨਿੱਕੇ ਜੇ ਬ੍ਰੇਕ ਤੋਂ ਬਾਅਦ। ਤੇ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਲਗਾਤਾਰ ਤੁਹਾਨੂੰ ਦੱਸ ਰਹੇ ਹਾਂ ਅੱਜ ਇਸ ਮੰਚ ਦੇ ਉੱਤੇ ਕਿ ਕਿਵੇਂ ਨਾਰਥ ਅਮਰੀਕਾ ਦੇ ਵਿੱਚ ਔਰ ਖਾਸ ਤੌਰ ਦੇ ਉੱਤੇ ਨਿਊਯਾਰਕ ਦੇ ਵਿੱਚ ਜਿਹੜੇ ਵੱਖ ਵੱਖ ਅਦਾਰੇ ਹਨ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਹਨ, ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਸੈਲੀਬ੍ਰੇਸ਼ਨ ਹੈ ਉਹ ਇਸ ਧਰਤੀ ਦੇ ਉੱਤੇ ਨਿਊਯਾਰਕ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਲੌਂਗ ਆਈਲੈਂਡ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਤਾਂ ਵੱਖ ਵੱਖ ਜਿਹੜੇ ਨਰਿੰਦਰ ਮੋਦੀ ਦੀ ਹਿਮਾਇਤ ਕਰਦੇ ਹੋਏ ਨਜ਼ਰ ਆ ਰਹੇ ਹਨ, ਅੱਜ ਉਹਨਾਂ ਨੇ ਸੈਲੀਬ੍ਰੇਸ਼ਨ ਵੀ ਰੱਖੀ ਹੈ ਅਤੇ ਨਾਲ ਇੰਡੀਆ ਡੇ ਪਰੇਡ ਜਿਹੜੀ ਲੌਂਗ ਆਈਲੈਂਡ ਦੇ ਵਿੱਚ ਹੁੰਦੀ ਹੈ ਹਰ ਸਾਲ, ਉਹਦਾ ਵੀ ਇਹਨਾਂ ਨੇ ਅੱਜ ਕਰਟਨ ਰੇਜ਼ਰ ਇੱਥੇ ਰੱਖਿਆ। ਉਹਦੇ ਜਿਹੜੇ ਮੇਨ ਸਾਰੇ ਔਰਗਨਾਈਜ਼ਰ ਸਨ ਉਹ ਅੱਜ ਮੇਰੇ ਨਾਲ ਬਕਾਇਦਾ ਤੌਰ ਦੇ ਉੱਤੇ ਮੌਜੂਦ ਹਨ, ਔਰ ਪ੍ਰੈਜੀਡੈਂਟ ਜਸਬੀਰ ਜੇ ਸਿੰਘ ਜੋ ਕਿ ਇਸ ਪੂਰੇ ਕਮੇਟੀ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਰਹੇ ਹਨ, ਅਤੇ ਉਹਨਾਂ ਦੇ ਨਾਲ ਉਹਨਾਂ ਦੇ ਟੀਮ ਮੈਂਬਰਸ ਮੁਕੇਸ਼ ਮੋਦੀ ਜੋ ਕਿ ਇੰਡੀਆ ਡੇ ਪਰੇਡ ਦੇ ਐਡਵਾਈਜ਼ਰ ਹਨ, ਅਤੇ ਨਾਲ ਮੇਰੇ ਨਾਲ ਕਮਿਸ਼ਨਰ ਆਫ
ਲੌਂਗ ਆਈਲੈਂਡ ਦੇ, ਉਹ ਵੀ ਮੇਰੇ ਨਾਲ ਮੌਜੂਦ ਹਨ ਅਤੇ ਉਹ ਮੈਨੂੰ ਤਾਰੂਫ ਕਰਾਉਣਗੇ ਅਤੇ ਨਾਲ ਮੋਹਿੰਦਰ ਤਨੇਜਾ ਜੀ ਅਤੇ ਪ੍ਰਿੰਸ ਬੱਗਾ ਅਤੇ ਅਹਿਮ ਸ਼ਖਸੀਅਤਾਂ ਹਨ ਜੋ ਕਿ ਅੱਜ ਨਰਿੰਦਰ ਮੋਦੀ ਨੂੰ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਹਨ। ਲੇਕਿਨ ਸਵਾਲ ਵੱਡਾ ਇੱਥੇ ਇਹ ਬਣਦਾ ਕਿ 5 ਸਾਲ ਪਹਿਲਾਂ ਭਾਰਤ ਨੇ ਨਰਿੰਦਰ ਮੋਦੀ ਨੂੰ ਦਿੱਤੇ, ਹੁਣ ਜਿਹੜੇ ਹੁਣ 5 ਸਾਲ ਨਰਿੰਦਰ ਮੋਦੀ ਨੂੰ ਮਿਲੇ ਹਨ, ਉਹ ਕਿਹੜੀ ਕਿਹੜੀ ਐਕਸਪੈਕਟੇਸ਼ਨ ਦੇ ਉੱਤੇ ਖੜ੍ਹੇ ਉਤਰਨਗੇ ਜਾਂ ਫਿਰ ਕਿਹੜੀ ਕਿਹੜੀ ਮੰਗਾਂ ਜਿਹੜੇ ਨੇ ਇੱਥੇ ਜਿਹੜੇ ਉਹਨਾਂ ਦੇ ਹਿਮਾਇਤੀ ਹਨ ਉਹ ਕਰਦੇ ਹੋਏ ਨਜ਼ਰ ਆ ਰਹੇ ਹਨ, ਔਰ ਕਿਉਂ ਐਕਸਾਈਟਡ ਹਨ ਉਹ ਮੁੜ ਤੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਵਿੱਚ। ਅਤੇ ਬਾਕਾਇਦਾ ਤੌਰ ਦੇ ਉੱਤੇ ਜਿਵੇਂ ਮੈਂ ਤੁਹਾਨੂੰ US ਔਰ ਇੰਡੋ ਰਿਲੇਸ਼ਨਸ਼ਿਪ ਦੱਸ ਰਿਹਾ ਸੀਗਾ, ਉਹਦੇ ਵਿੱਚ ਅੱਜ ਜਿਹੜੇ ਬਾਕਾਇਦਾ ਤੌਰ ਦੇ ਇੱਥੇ US ਦੇ ਰੀਪ੍ਰਜੈਂਟੇਟਿਵ ਅਮੈਰੀਕਨ ਪੋਲੀਟਿਕਸ ਦੇ ਵਿੱਚ, ਉਹਨਾਂ ਨਾਲ ਵੀ ਮੈਂ ਤੁਹਾਨੂੰ ਤਾਰੂਫ ਕਰਾਊਂਗਾ, ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਕਰਦੇ ਹੋਏ ਔਰ ਕੋਂਗਰੈਚੁਲੇਟ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋ ਮੈਂ ਸ਼ੁਰੂਆਤ ਜਸਬੀਰ ਜੇ ਸਿੰਘ ਹੋਰਾਂ ਤੋਂ ਕਰਨਾ ਚਾਹਾਂਗਾ। ਜਸਬੀਰ ਜੀ, ਅੱਜ ਬਾਕਾਇਦਾ ਤੁਹਾਡੇ ਕੋਲ ਇੱਥੇ ਅਮੈਰੀਕਨ ਪੋਲੀਟਿਕਸ ਦੇ ਵਿੱਚ ਜਿਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਉਹ ਵੀ ਇੱਥੇ ਤੁਹਾਡੇ ਕੋਲ ਪਹੁੰਚੇ ਹਨ, ਅਤੇ ਅੱਜ ਐਕਸਾਈਟਮੈਂਟ ਲੈਵਲ ਕਿਸ ਤਰੀਕੇ ਦਾ ਅਸੀਂ ਵੇਖ ਸਕਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਥਾਪਿਆ ਗਿਆ? ਪਹਿਲਾਂ ਤਾਂ ਮੇਰੀ ਸਾਰੇ ਜਸ ਪੰਜਾਬੀ ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਜਸ ਪੰਜਾਬੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਇੱਥੇ ਆਏ ਅਤੇ ਸਾਡੇ ਨਾਲ ਮੁੱਦਾ ਕਰ ਰਹੇ ਨੇ ਅੱਜ ਦਾ। ਅਤੇ ਦੂਜਾ, ਅੱਜ ਦਾ ਦਿਨ ਤਾਂ ਹਿੰਦੁਸਤਾਨ ਵਿੱਚ ਫਿਰ ਹਿਸਟਰੀ ਲੱਗ ਗਿਆ ਮੋਦੀ ਜੀ ਨੂੰ ਪ੍ਰਾਈਮ ਮਿਨਿਸਟਰ ਬਣਾ ਕੇ, ਅਤੇ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਮੋਦੀ ਜੀ ਨੂੰ। ਮੇਰੇ ਨਾਲ ਪਹਿਲਾਂ ਮੈਂ ਤਾਰੁਫ ਕਰਾਉਣਾ ਚਾਹਾਂਗਾ, ਖੜ੍ਹੇ ਨੇ ਨਾਸੋ ਕਾਉਂਟੀ ਦੇ ਪ੍ਰਿਜ਼ਾਈਡਿੰਗ ਆਫੀਸਰ ਮਿਸਟਰ ਰਿਚਰਡ ਨਿਕਲੈਲੋ, ਆਨਰੇਬਲ ਰਿਚਰਡ ਨਿਕਲੈਲੋ, ਜਿਨ੍ਹਾਂ ਨੇ ਸਾਨੂੰ ਇਹ ਬਿਲਡਿੰਗ ਮੁਹੱਈਆ ਕਰਵਾਈ ਹੈ ਅੱਜ ਦੇ ਫੰਕਸ਼ਨ ਵਾਸਤੇ, ਅੱਜ ਦੇ ਕਰਟਨ ਰੇਜ਼ਰ ਵਾਸਤੇ। ਮਿਸਟਰ ਨਿਕਲੈਲੋ, ਹਾਊ ਮੱਚ ਇਟ ਇਜ਼ ਇੰਪੋਰਟੈਂਟ ਫੋਰ ਅਸ, ਔਰ ਡੂ ਯੂ ਵਾਂਟ ਟੂ ਕੰਗ੍ਰੈਚੁਲੇਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਨਾਓ ਹੀ ਇਜ਼ ਅਗੇਨ ਯੂ ਨੋ ਇਲੈਕਟਿਡ ਐਜ਼ ਅ ਪ੍ਰਾਈਮ ਮਿਨਿਸਟਰ ਆਫ ਇੰਡੀਆ? Yes, I would like to congratulate Prime Minister Modi. I know he had a major victory, a big victory. It's a mandate for his continued governance of the country. He's been a wonderful partner for the United States. He's been an excellent leader for the Indian people. So it's a great day for India, it's a great day for the United States, and congratulations to the Prime Minister. What kind of relationships now we can see in future with Mr. Trump and Mr. Modi? Well, I think we have a strong relationship now, and I think that's going to continue, and that's going to continue to grow. I mean, we have the world's oldest democracy and the world's largest democracy, and our interests are aligned in so many different ways, and I think it's just going to lead to a brighter and greater future. So when we talk about Indo-US trade, what we can see in that? Indo-US trade, and if we talk about the trade policy, so how US can, you know, implement the things in India? Yeah. Well, obviously, the trade with India is much different than other parts of the world because there's fairness, and you know, that both parties benefit, and then for the United States, especially for the Indian market, it's a wonderful opportunity, and it's good for our country, it's good for India, so I think that's just going to grow and get better. ਸੋ ਐਸੇ ਕਿ ਮਿਸਟਰ ਨਿਕਲੈਲੋ ਪ੍ਰੈਜ਼ੀਡਿੰਗ ਆਫਿਸਰ ਜੋ ਕਿ ਅੱਜ ਬਾਕਾਇਦਾ ਤੌਰ ਦੇ ਉੱਤੇ ਇੱਥੇ ਪਹੁੰਚੇ ਹਨ, ਉਹਨਾਂ ਨੇ ਕਿਹਾ ਕਿ ਜਿਹੜੇ ਰਿਲੇਸ਼ਨਸ਼ਿਪ ਹੈ ਭਾਰਤ ਔਰ ਅਮਰੀਕਾ ਦੇ ਉਹ ਵਧੀਆ ਹੋਣਗੇ, ਔਰ ਡੋਨਲਡ ਟਰੰਪ ਦੀ ਅਤੇ ਨਾਲ ਨਰਿੰਦਰ ਮੋਦੀ ਦੀ ਵਧੀਆ ਦੋਸਤੀ ਹੈ, ਉਹ ਦੋਸਤੀ ਬਰਕਰਾਰ ਰਹੇਗੀ ਅਤੇ ਅੱਗੇ ਜਿਹੜਾ ਫਿਊਚਰ ਹੈ ਵਧੀਆ ਹੋਏਗਾ। ਲੇਕਿਨ ਇੱਥੇ ਜਦ ਮੈਂ ਗੱਲ ਕਰਦਾ ਸਿੱਖਾਂ ਦੇ ਮਸਲਿਆਂ ਦੀ, ਅਤੇ ਕੀ ਨਰਿੰਦਰ ਮੋਦੀ ਸਿੱਖਾਂ ਦੇ ਮਸਲਿਆਂ ਦੇ ਉੱਤੇ ਵੀ ਵਚਨਬੰਦ ਹੋਣਗੇ, ਜੋ ਇਨਸਾਫ ਦੀ ਕੁਹਾਰ ਲੰਬੇ ਸਮੇਂ ਤੋਂ 32 ਸਾਲਾਂ ਤੋਂ ਜੋ ਸਾਡੀ ਸਿੱਖ ਕੌਮ ਕਰਦੀ ਹੋਈ ਆ ਰਹੀ ਹੈ, ਕਿ ਉਹਨਾਂ ਦੇ ਉੱਤੇ ਉਹ ਉਤਰਨਗੇ ਔਰ ਕੀ ਉਹ ਗੁਹਾਰ ਜਿਹੜੀ ਹੈ ਉਹ ਪੂਰੀ ਹੋਏਗੀ? ਮੇਰੇ ਨਾਲ ਮੋਹਿੰਦਰ ਤਨੇਜਾ ਨੇ ਇਸ ਟਾਈਮ ਮੌਜੂਦ। ਮੋਹਿੰਦਰ ਜੀ, ਮੁੜ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣ ਰਹੇ ਹਨ, ਲੇਕਿਨ ਸਾਡਾ ਡਾਇਸਪੋਰਾ ਅੱਜ ਜਾਣਨਾ ਚਾਹੁੰਦਾ ਹੈ ਕਿ ਸਿੱਖਾਂ ਦੇ ਮਸਲਿਆਂ ਦੇ ਉੱਤੇ ਵਚਨਬੰਦ ਹੋਣਗੇ, ਜੋ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਕੌਂਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਆਰਟੀਕਲ 25B ਦੇ ਵਿੱਚ ਵੀ ਮੈਂ ਅਮੈਂਡਮੈਂਟ ਕਰਾਵਾਂਗਾ ਔਰ ਜਿਹੜਾ ਸਿੱਖਿਜ਼ਮ ਹੈ ਉਹਨੂੰ ਮੈਂ ਡਿਫਰੈਂਟ ਰਿਲੀਜਨ ਕਰਾਰ ਕਰਾਵਾਂਗਾ ਭਾਰਤ ਦੇ ਵਿੱਚ। ਤੁਹਾਨੂੰ ਲੱਗਦਾ ਕਿ ਉਹਨਾਂ ਉੱਤੇ ਖਰੇ ਉਤਰਨਗੇ? ਦੇਖੋ, ਅਸੀਂ ਜਦੋਂ ਪਹਿਲੀ ਵਾਰੀ ਵੀ ਇੱਥੇ ਆਏ ਸਨ, ਉਸ ਟਾਈਮ ਵੀ ਸਾਡੀ ਉਹਨਾਂ ਨਾਲ ਮੁਲਾਕਾਤ ਹੋਈ ਸੀ, ਔਰ ਇਹਨਾਂ ਸਾਰੇ ਇਸ਼ੂਜ਼ ਉੱਤੇ ਇੰਕਲੂਡਿੰਗ 1984 ਔਰ ਹੋਰ ਵੀ ਜਿੰਨੇ ਸਿੱਖ ਔਰ ਮਾਈਨੋਰਟੀਜ਼ ਦੇ ਇਸ਼ੂ ਹੈਗੇ ਨੇ, ਉਹਨਾਂ ਸਾਰੇ 'ਤੇ ਉਹਨਾਂ ਨਾਲ ਡਿਸਕਸ਼ਨ ਵੀ ਹੋਈ ਸੀ। ਡੈਫੀਨੇਟਲੀ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਹੈ, ਹੁਣ ਦੁਬਾਰਾ ਅਗਰ ਉਹਨਾਂ ਦੀ ਸਰਕਾਰ ਬਣੀ ਹੈ ਅਸੀਂ ਉਸ ਨਵੀਂ ਸਰਕਾਰ ਨੂੰ ਫਿਰ ਮੁਬਾਰਕਬਾਦ ਦਿੰਦੇ ਹਾਂ, ਪਰ ਨਾਲ ਇਹੀ ਚਾਹੁੰਦੇ ਹਾਂ ਕਿ ਜਿਹੜਾ ਸਵਾਲ ਤੁਸੀਂ ਉਠਾ ਰਹੇ ਹੋ ਉਹਦੇ ਉੱਤੇ ਡੈਫੀਨੇਟਲੀ ਪੂਰੀ ਜਿਹੜੀ ਮਿਨਿਸਟਰੀ ਹੈ ਔਰ ਉਹਨਾਂ ਨੂੰ ਡੈਫੀਨੇਟਲੀ ਉਹਦੇ ਉੱਤੇ ਵਰਕ ਕਰਨਾ ਚਾਹੀਦਾ ਹੈ, ਤਾਂ ਕਿ ਸਾਡੇ ਜਿਹੜੇ ਸਾਡੇ ਸਿੱਖ ਭਰਾ ਭੈਣ ਮਾਈਨੋਰਟੀਜ਼ ਉੱਥੇ ਵੀ ਰਹਿੰਦੇ ਨੇ, ਪੂਰੇ ਇੰਡੀਅਨਸ ਉੱਥੇ ਰਹਿੰਦੇ ਨੇ, ਔਰ ਡੈਫੀਨੇਟਲੀ ਬੜਾ ਖੁਸ਼ ਮਹਿਸੂਸ ਕਰਨ, ਤਾਂ ਕਿ ਅਗਰ ਕੋਈ ਨਵੀਂ ਗਵਰਨਮੈਂਟ ਆਈ ਹੈ ਔਰ ਅੱਛੀ ਮੈਜੋਰਟੀ ਨਾਲ ਆਈ ਹੈ ਤਾਂ ਉਹਨੂੰ ਡੈਫੀਨੇਟਲੀ ਇੱਕ ਮੌਕਾ ਮਿਲਿਆ ਹੁਣ ਦੁਬਾਰਾ ਇਹ ਸਾਰਾ ਕੁਝ ਠੀਕ ਕਰਨ ਦਾ। 84 ਦਾ ਵੀ ਹਾਲੇ ਤੱਕ ਇਸ਼ੂਜ਼ ਬੜੇ ਨੇ ਜਿਹੜੇ ਕਿ ਇਹਨਾਂ ਲੋਕਾਂ ਨੇ ਰਿਜ਼ੋਲਵ ਨਹੀਂ ਕੀਤੇ, ਉਹਨੂੰ ਡੈਫੀਨੇਟਲੀ ਰਿਜ਼ੋਲਵ ਵੀ ਕਰਨ, ਔਰ ਦੂਜਾ ਕਿ ਅਸੀਂ ਇੱਥੇ ਵੈਰੀ ਪ੍ਰਾਊਡ ਇੰਡੀਅਨ ਅਮੈਰੀਕਨਸ, ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਅਮੈਰੀਕਾ ਔਰ ਇੰਡੀਆ ਦੇ ਰਿਲੇਸ਼ਨਸ ਹਰ ਐਂਗਲ ਤੋਂ ਹਰ ਸੈਕਟਰ 'ਚ ਅੱਛੇ ਚੱਲਣ, ਅਤੇ ਉਸ ਕਰਕੇ
ਹਮੇਸ਼ਾ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਨਾਲ ਅਸੀਂ ਮਹਿੰਦਰ ਜੀ ਪਹੁੰਚੇ ਸੀਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਕਾਇਦਾ ਤੌਰ ਦੇ ਉੱਤੇ ਤੁਹਾਡੀ ਮੁਲਾਕਾਤ ਵੀ ਉਹਨਾਂ ਦੇ ਨਾਲ ਹੋਈ ਹੁਣ ਫਿਰ ਤੋਂ ਪ੍ਰਧਾਨ ਮੰਤਰੀ ਬਣੇ ਹਨ ਫਿਰ ਤੋਂ ਪਹੁੰਚਣਗੇ ਇਸ ਧਰਤੀ ਦੇ ਉੱਤੇ ਕੀ ਗੁਹਾਰ ਲਗਾਓਗੇ ਔਰ ਕਿਹੜੇ ਸਿੱਖਾਂ ਦੇ ਮਸਲੇ ਤੁਸੀਂ ਉਠਾਓਗੇ ਜੀ ਦੇਖੋ ਇਸ਼ੂਜ਼ ਤਾਂ ਬੇਸਿਕਲੀ ਜਿਹੜੇ ਮਾਈਨੋਰਟੀਜ਼ ਉੱਥੇ ਜਿਹੜੇ ਕਾਫੀ ਇਸ਼ੂਜ਼ ਹੈਗੇ ਨੇ ਇੱਕ ਤਾਂ ਸਿੱਖ ਰਿਲੀਜਨ ਦੇ ਜਿਹੜੇ ਕਿ ਡੈਫੀਨੇਟਲੀ ਐਜ਼ ਅ ਰਿਲੀਜਨ ਇਸ ਚੀਜ਼ ਨੂੰ ਐਕਸੈਪਟ ਕਰਨ ਦੂਜਾ 84 ਦਾ ਮਸਲਾ ਜਿਹੜਾ ਕਿ ਦੇਖੋ ਕੀ ਹੁੰਦਾ ਕਿ ਵੀ ਆਰ ਆਲ ਇੰਡੀਅਨ ਉੱਥੇ ਵੀ ਆਰ ਆਲ ਇੰਡੀਅਨ ਅਮੈਰੀਕਨਸ ਔਰ ਉੱਥੇ ਵੀ ਸਾਡੇ ਸਾਰੇ ਸਿੱਖ ਭਰਾ ਭੈਣ ਇੰਡੀਅਨ ਸਿਟੀਜ਼ਨਸ ਹੈਗੇ ਨੇ ਔਰ ਉਹਨੂੰ ਜਿਹੜੇ ਵੀ ਉੱਥੇ ਉਹਨਾਂ ਦੇ ਇਸ਼ੂਜ਼ ਨੇ ਜਿਹੜਾ ਕਿ ਰਾਈਟਸ ਵੀ ਹੋਏ ਜਿਹੜਾ ਵੀ ਹੋਇਆ ਕਿ ਜਦੋਂ ਵੀ ਕਿਸੇ ਮਨੁੱਖੀ ਅਧਿਕਾਰਾਂ ਦਾ ਵੀ ਵਾਇਲੇਸ਼ਨ ਹੋਵੇ ਔਰ ਜਦੋਂ ਵੀ ਇੰਨਾ ਜਿਹੜਾ ਕਤਲੇਆਮ ਹੋਇਆ ਮੈਂ ਆਪ ਉਸ ਟਾਈਮ ਉੱਥੇ ਸੀਗਾ ਸਾਰਾ ਕੁਛ ਆਪਣਾ ਅੱਖੀ ਦੇਖਿਆ ਹੈਗਾ ਕਿ ਜਿਸ ਤਰੀਕੇ ਨਾਲ ਇਹ ਚੀਜ਼ਾਂ ਹੋਈਆਂ ਸਨ ਮੈਂ ਕਹਿੰਦੀ ਚਲੋ ਉਸ ਤਰੀਕੇ ਨਾਲ ਕਿਸੇ ਨੂੰ ਅਨਸਲੀ ਐਵੇਂ ਇੱਥੇ ਬਲੇਮ ਨਹੀਂ ਕਰਨਾ ਚਾਹੁੰਦਾ ਬਟ ਇਹ ਚਾਹੁੰਦਾ ਵਾਂ ਕਿ ਜਸਟਿਸ ਜ਼ਰੂਰ ਮਿਲੇ ਉਹਨਾਂ ਸਾਰਿਆਂ ਨੂੰ ਅਤੇ ਜਸਟਿਸ ਜ਼ਰੂਰ ਮਿਲੇ ਅਗਲੇ 5 ਸਾਲ ਜਿਹੜੇ ਹੋਣਗੇ ਉਸ ਜਸਟਿਸ ਦੀ ਗੁਹਾਰ ਵੀ ਜਿਹੜੀ ਹੈ ਲਗਾਈ ਜਾ ਰਹੀ ਹੈ ਤਮਾਮ ਮੇਰੇ ਪੱਤਰਕਾਰ ਬੰਧੂ ਵੀ ਇੱਥੇ ਪਹੁੰਚੇ ਹਨ ਮੇਰੇ ਭਰਾ ਵੀ ਇੱਥੇ ਪਹੁੰਚੇ ਹਨ ਸ਼ਰਨਜੀਤ ਸਿੰਘ ਥਿੰਦ ਨੂੰ ਮੈਂ ਦਰਖਵਾਸਤ ਕਰਾਂਗਾ ਕਿ ਉਹ ਅੱਗੇ ਆਉਣ ਔਰ ਮੀਡੀਆ ਦੇ ਲਿਹਾਜ਼ ਨਾਲ ਆਪਣੇ ਪ੍ਰਤੀਕਰਮ ਦੇਣ ਕੀ ਲੱਗਦਾ ਔਰ ਅਗਲੇ 5 ਸਾਲ ਜਿਹੜੇ ਹੋਣਗੇ ਉਹ ਕਿਸ ਤਰੀਕੇ ਦੇ ਹੋਣਗੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਥੈਂਕ ਯੂ ਫੋਰ ਗਿਵਿੰਗ ਮੀ ਦਾ ਓਪਰਚੁਨਿਟੀ ਐਂਡ ਥੈਂਕ ਯੂ ਥੈਂਕਸ ਟੂ ਐਵਰੀਵਨ ਹੂ ਇਜ਼ ਹੇਅਰ ਐਂਡ ਇਟਸ ਸੱਚ ਅ ਵੰਡਰਫੁਲ ਓਪਰਚੁਨਿਟੀ ਲਾਈਕ ਸੈਕਿੰਡ ਟਾਈਮ ਪਹਿਲੇ ਤੋਂ ਜ਼ਿਆਦਾ ਮੈਜੋਰਿਟੀ ਆਈ ਹੈ ਐਂਡ ਲੱਖਾਂ ਕਰੋੜਾਂ ਲੋਕਾਂ ਦੀ ਜਿਹੜੀ ਹੋਪਸ ਹੈ ਹੋਪਫੁਲੀ ਦਿਸ ਟਾਈਮ ਇਟ ਵਿਲ ਬੀ ਮੋਰ ਮਟੀਰੀਅਲਾਈਜ਼ ਉਹਨਾਂ ਨੂੰ ਜ਼ਿਆਦਾ ਰਿਜ਼ਲਟ ਦਿੱਤੇ ਜਾਣਗੇ ਅਸੀਂ ਤਾਂ ਬਹੁਤ ਹਜ਼ਾਰਾਂ ਮੀਲ ਦੂਰ ਬੈਠੇ ਹਾਂ ਪਰ ਇੱਥੇ ਕਾਫੀ ਲੋਕਾਂ ਨੇ ਇੱਥੋਂ ਵੀ ਜਾ ਕੇ ਉੱਥੋਂ ਵੀ ਦੇ ਹੈਵ ਵਰਕਡ ਵੈਰੀ ਹਾਰਡ ਐਂਡ ਸੋ ਹੈਜ਼ ਮਾਈ ਲਰਨਡ ਕਲੀਗਸ ਹੈਵ ਸਪੋਕਨ ਐਜ਼ ਵੈਲ ਇਟ ਇਜ਼ ਐਨ ਅਨਪ੍ਰੈਸੀਡੈਂਟਿਡ ਓਪਰਚੁਨਿਟੀ ਫੋਰ ਦ ਨਿਊ ਗਵਰਨਮੈਂਟ ਐਸਪੈਸ਼ਲੀ ਟੂ ਲਿਵ ਅਪ ਟੂ ਜਿਹੜੇ ਨਵੀਂ ਇਹ ਸਰਕਾਰ ਆ ਰਹੀ ਹੈ ਐਂਡ ਵੀ ਕੈਨ ਆਲ ਵਿਸ਼ ਦੈਮ ਗੁੱਡ ਮਿਸਟਰ ਥਿੰਦ ਮੈਂ ਇੱਥੇ ਤੁਹਾਨੂੰ ਨੂੰ ਜ਼ਰੂਰ ਰੋਕਣਾ ਚਾਹਾਂਗਾ ਜ਼ਰੂਰ ਪੁੱਛਣਾ ਚਾਹਾਂਗਾ ਮੀਡੀਆ ਦਾ ਰੋਲ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਕਹਿੰਦੇ ਬਿਕਾਊ ਮੀਡੀਆ ਜਿਹੜਾ ਸਾਰਾ ਦਿਨ ਮੋਦੀ ਮੋਦੀ ਕਰਦਾ ਰਹਿੰਦਾ ਉਸ ਦੇ ਲਿਹਾਜ਼ ਨਾਲ ਅੱਜ ਪ੍ਰਧਾਨ ਮੰਤਰੀ ਮੋਦੀ ਬਣਿਆ ਨਹੀਂ ਤਾਂ ਮੀਡੀਆ ਅਗਰ ਨਹੀਂ ਅਗਰ ਬਿਕਾਊ ਹੁੰਦਾ ਤਾਂ ਅੱਜ ਕੋਈ ਰੋਕ ਨਹੀਂ ਸਕਦਾ ਸੀਗਾ ਕਿਸ ਤਰੀਕੇ ਨਾਲ ਲੈਂਦੇ ਹੋ ਮੀਡੀਆ ਦੇ ਲਿਹਾਜ਼ ਨਾਲ ਇਹ ਜੀ ਅੰਗੂਰ ਖੱਟੇ ਹੈ ਜਿਹਨਾਂ ਨੂੰ ਨਹੀਂ ਮਿਲੇ ਉਹਨਾਂ ਲਈ ਖੱਟੇ ਹੈ ਐਸੀ ਕੋਈ ਗੱਲ ਨਹੀਂ ਹੈ ਇੰਡੀਆ ਦੀ ਜਿਹੜੀ ਦ ਪਾਪੂਲੇਸ਼ਨ ਐਂਡ ਵੋਟਰਸ ਦੇ ਉਹ ਦੇ ਆਰ ਸੋ ਇੰਟੈਲੀਜੈਂਟ ਸਮ ਸਟੇਟਸ ਦੇ ਹੈਵ ਰਿਟਰਨ ਬੀਜੇਪੀ ਵਿਦ ਜ਼ੀਰੋ ਸਮ ਸਟੇਟ ਦੇ ਹੈਵ ਗਿਵਨ ਦੈਮ ਥੰਪਿੰਗ ਮੈਜੋਰਿਟੀ ਸੋ ਇਟਸ ਅ ਕੇਸ ਆਫ ਸਾਵਰ ਗ੍ਰੇਪਸ ਸਮਵਨ ਹੂ ਗੋਟ ਇਟ ਇਟਸ ਸਵੀਟ ਸਮਵਨ ਹੂ ਡਿਡਨਟ ਗੈਟ ਇਟ it's a wonderful example of even for the country like US how successful the democracy is and media ne bahut zyada constructive role play kita hai in my opinion main chahunga commissioner of nasa county oh bhi agge aun kyunki american politics de vich jadon assi gal karde ha te inna di ahem bhumika rehndi hai te kis tarike nal vekh rahe ho kivein relationship honge aage in future ਸਰ ਦੇਖੇ ਸਭਸੇ ਪਹਿਲੇ ਤੋਂ ਆਈ ਵਾਂਟ ਟੂ ਕੋਂਗਰੈਚੁਲੇਟ ਟੂ ਮੋਦੀ ਜੀ ਐਂਡ ਆਲ ਦ ਪੀਪਲ ਹੂ ਆਰ ਯੂ ਨੋ ਇਨ ਦ ਕੈਬਨਿਟ ਨਾਓ ਐਂਡ ਇਟਸ ਅਗੇਨ ਸੈਕਿੰਡ ਟਾਈਮ ਓਪਰਚੁਨਿਟੀ ਐਂਡ ਆਈ ਹੋਪ ਕਿ ਦਿਸ ਟਾਈਮ ਇਟ ਵਿਲ ਬੀ ਮੋਰ ਗੁੱਡ ਥਿੰਗਸ ਫੋਰ ਦ ਕਮਿਊਨਿਟੀ ਐਂਡ ਮੇਰਾ ਤਾਂ ਇੱਕ ਹੀ ਸਵਾਲ ਹੈਗਾ ਕਿ ਦੇਖੋ ਅਸੀਂ ਨਿਊਕਲੀਅਰ ਪਾਵਰ ਹੈਗੇ ਨੇ ਬਟ ਵੈਨ ਯੂ ਗੋ ਟੂ ਯੂਰ ਕੰਟਰੀ ਯੂ ਫੀਲ ਇਟ ਕਿ ਲਾਈਕ ਸਟਿਲ ਵੀ ਹੈਵ ਅ ਪਾਵਰਟੀ ਐਂਡ ਆਲ ਦਿਸ ਐਂਡ ਦੈਟ ਸੋ ਵੀ ਹੈਵ ਟੂ ਵਰਕ ਟੁਗੈਦਰ ਕਮ ਅਪ ਟੁਗੈਦਰ ਐਂਡ ਮੇਕ this country better for everybody jehde siyasi pandit han oh keh rahe han ki theek hai modi repeat ta ho gaye lekin kithe na kithe hun jehde media de vich troll vi ne oh vi shuru ho chuke ne main ek misal de taur te sare nu dassna chahuna shole picture da tusi dialogue vekhya hona hai jide vich kya siga ki kitne aadmi the then othe jawab milda siga sirf do te itthe vi amit shah te narendra modi do sige te nade jehda samne wale kehnde oh kitne the kehnde 22 ta congress haar gayi ta lekin kehn da bhav hai ki do ਪੋਲੀਟੀਸ਼ੀਅਨਸ ਨੇ 340 ਤੋਂ ਵੀ ਜ਼ਿਆਦਾ ਸੀਟਾਂ ਲੈ ਕੇ ਆਏ ਹੋਰ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਇਨ ਫਿਊਚਰ ਜਿਹੜਾ ਭਗਵਾ ਰੰਗ ਹੈ ਜਿਹੜਾ ਹਿੰਦੂ ਰਾਸ਼ਟਰ ਏਜੰਡਾ ਹੈ ਉਹ ਵੀ ਕਿਤੇ ਨਾ ਕਿਤੇ ਤਬਦੀਲ ਹੋ ਸਕਦਾ ਹੈ ਕਿ ਅਜਿਹੀ ਕੋਈ ਗੱਲ ਹੈ NRI ਭਰਾ ਔਰ ਭੈਣ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਇਹਨੂੰ ਵੇਖਦੇ ਹਾਂ ਉਹ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਫਿਲਹਾਲ ਮੈਂ ਰੁਕ ਰਿਹਾ ਇੱਕ ਨਿੱਕੇ ਜਿਹੇ ਵਕਫੇ ਲਈ ਮਿਲਦੇ ਹਾਂ ਇਸ ਵਕਫੇ ਤੋਂ ਬਾਅਦ ਅਤੇ ਵਕਫੇ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਭਾਗ ਦੇ ਵਿੱਚ ਹੁਣ ਮੈਂ ਦਰਸ਼ਕਾਂ ਦੇ ਸਾਹਮਣੇ ਮੁਖਾਤਿਬ ਕਰਾਉਣਾ ਚਾਹੁੰਦਾ ਕਿ ਮੇਰੇ ਨਾਲ ਵੱਖ ਵੱਖ ਸਟੇਟਾਂ ਤੋਂ ਇੰਡੀਆ ਤੋਂ ਜਿਹੜੇ ਇੱਥੇ ਦੇ ਵਸਨੀਕ ਹਨ
NRI ਪੈਣਾ ਹਨ ਉਹ ਮੌਜੂਦ ਹਨ ਤੁਸੀਂ ਭਾਰਤ ਦੇ ਕਿਹੜੇ ਹਿੱਸੇ ਤੋਂ ਵਿਚ ਸਟੇਟ ਯੂ ਆਰ ਫਰੋਮ ਇੰਡੀਆ ਫਰੋਮ ਕਰਨਾਟਕ ਪ੍ਰਾਊਡ ਬੀਜੇਪੀ ਪੀਪਲ ਵੀ ਸਪੋਰਟਡ ਬੀਜੇਪੀ ਲਾਈਕ ਐਨੀਥਿੰਗ ਆਮ ਸੋ ਪ੍ਰਾਊਡ ਟੂ ਸੇ ਵੀ ਆਰ ਅਗੇਨ ਇਨ ਪਾਵਰ ਫੋਰ ਦ ਸੈਕਿੰਡ ਟਾਈਮ ਐਂਡ ਇਟ ਇਜ਼ ਨਾਟ ਗੋਇੰਗ ਟੂ ਬੀ ਸੈਕਿੰਡ ਟਾਈਮ ਇਟਸ ਗੋਇੰਗ ਟੂ ਬੀ ਫੋਰ ਐਵਰ ਐਟ ਲੀਸਟ ਫੋਰ 20 ਈਅਰਸ ਮੋਦੀ ਹੈਜ਼ ਟੂ ਬੀ ਦੇਰ ਟੂ ਚੇਂਜ ਇੰਡੀਆ ਐਂਡ ਪੁੱਟ ਹਿਮ ਔਨ ਦ ਟਾਪ ਆਫ ਦ ਮੈਪ ਐਂਡ ਵੀ ਆਰ ਫਰੋਮ ਸਾਊਥ ਵੀ ਆਰ ਸਟਾਰਟਿੰਗ ਆਰ ਓਨ ਆਰਗਨਾਈਜੇਸ਼ਨ ਨਾਰੀਜ਼ ਫਾਰ NRI NRI ਨਾਰੀਜ਼ ਫਾਰ ਮੋਦੀ ਜੀ ਐਂਡ ਮਾਈ ਕੋ ਫਾਊਂਡਰ ਭਵਾਨੀ ਸ਼੍ਰੀਨਿਵਾਸਨ ਇਜ਼ ਹੀਅਰ ਵੀ ਆਰ ਫਰੋਮ ਸਾਊਥ ਵੀ ਆਰ ਗੋਇੰਗ ਟੂ ਸਟਾਰਟ ਇਟ ਐਂਡ ਵੀ ਆਰ ਗੋਇੰਗ ਟੂ ਮੇਕ ਇਟ ਬਿਗਰ ਐਂਡ ਬੈਟਰ ਅਤੇ ਪੂਰਾ ਭਾਰਤ ਜਿਹੜਾ ਇਸ ਟਾਈਮ ਸਾਡੇ ਕੋਲ ਮੌਜੂਦ ਹੈਗਾ ਇੰਦੂ ਜੀ ਮੌਜੂਦ ਨੇ ਕਮਿਊਨਿਟੀ ਲੀਡਰ ਹਨ ਔਰ ਲੰਬੇ ਸਮੇਂ ਤੋਂ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਬੀਜੇਪੀ ਦੀ ਗੱਲ ਆਉਂਦੀ ਹੈ ਜਾਂ ਫਿਰ ਇੰਡੀਆ ਡੇ ਪਰੇਡ ਦੀ ਗੱਲ ਆਉਂਦੀ ਹੈ ਜਾਂ ਫਿਰ ਭਾਰਤ ਦੀ ਸੰਸਕ੍ਰਿਤੀ ਦੀ ਗੱਲ ਆਉਂਦੀ ਹੈ ਭਾਰਤ ਦੇ ਸੱਭਿਆਚਾਰ ਦੀ ਗੱਲ ਆਉਂਦੀ ਹੈ ਤਾਂ ਇੰਦੂ ਜੀ ਦਾ ਫੇਸ ਸਭ ਤੋਂ ਪਹਿਲਾਂ ਸਾਹਮਣੇ ਆਉਂਦਾ ਇੰਦੂ ਜੀ ਕਿਸ ਤਰੀਕੇ ਨਾਲ ਵੇਖ ਰਹੇ ਹੋ ਇਸ ਵਿਕਟਰੀ ਨੂੰ ਬਈ ਪਹਿਲੀ ਗੱਲ ਤਾਂ ਸਭ ਨੂੰ ਬਹੁਤ ਬਹੁਤ ਮੁਬਾਰਕ ਸਾਰੇ ਤੁਸੀਂ ਦੇਖ ਰਹੇ ਹੋ ਕਿ ਐਵਰੀਬਡੀ ਇਜ਼ ਵੈਰੀ ਐਕਸਾਈਟਡ ਐਂਡ ਆਈ ਲੁੱਕ ਐਟ ਇਟ ਕਿ ਡੈਮੋਕ੍ਰੇਸੀ ਹੈਜ਼ ਸਪੋਕਨ ਯੂ ਨੋ ਵੀ ਨੋ ਦੈਟ ਯੂ ਨੋ ਬੀਜੇਪੀ ਹੈਜ਼ ਵਨ ਐਟ ਦ ਸੇਮ ਟਾਈਮ ਦ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਹੈਜ਼ ਸ਼ੋਨ ਦੈਟ ਦ ਡੈਮੋਕ੍ਰੈਟਿਕ ਪ੍ਰੋਸੈਸ ਵਰਕਸ ਐਂਡ ਪੀਪਲ ਹੈਵ ਦ ਰਾਈਟ ਟੂ ਸਪੀਕ ਦੇਅਰ ਮਾਇੰਡ ਐਂਡ ਪੀਪਲ ਹੈਵ ਸਪੋਕਨ ਐਂਡ ਫਰੋਮ ਵਟ ਆਈ ਸੀ ਦੈਟ ਫਰੋਮ ਪੀਪਲ ਦੇ ਆਰ ਆਸਕਿੰਗ ਫੋਰ ਇਜ਼ ਪ੍ਰੋਗਰੈਸ ਉੱਨਤੀ ਸੇਫਟੀ ਫੋਰ ਵਿਮੈਨ ਜੋਬਸ ਫੋਰ ਵਿਮੈਨ ਵੁਮੈਨ ਇੰਪਾਵਰਮੈਂਟ ਐਂਡ ਅਫਕੋਰਸ ਵਟ ਮੋਦੀ ਜੀ ਹੈ ਸਟਾਰਟਡ ਵਿਦ ਸਵੱਛਤਾ ਅਭਿਆਨ ਟੂ ਮੇਕ ਇੰਡੀਆ ਮੋਰ ਕਲੀਨ ਮੋਰ ਸੈਨੀਟੇਸ਼ਨ ਟੂ ਅਪਲਿਫਟ ਐਵਰੀਬਡੀ ਦੈਟ ਇਜ਼ ਵਾਟ ਪੀਪਲ ਵਾਂਟ ਐਂਡ ਦੈਟ ਇਜ਼ ਵਾਟ ਆਈ ਲੁੱਕ ਦੈਟ ਦ ਪੀਪਲ ਹੈਵ ਵੋਟਡ ਦ ਜਨਤਾ ਹੈਜ਼ ਵੋਟਡ ਐਂਡ ਦਿਸ ਇਜ਼ ਵਾਟ ਦੇਅਰ ਐਕਸਪੈਕਟੇਸ਼ਨ ਇਜ਼ ਦ ਇੰਡੀਆ ਹੈਜ਼ ਟੂ ਪ੍ਰੋਗਰੈਸ ਐਂਡ ਵੀ ਆਰ ਨੋਟ ਗੋਇੰਗ ਟੂ ਗੋ ਬਿਹਾਈਂਡ ਵੀ ਆਰ ਗੋਇੰਗ ਟੂ ਮੂਵ ਫੋਰਵਰਡ ਕਿਸ ਤਰੀਕੇ ਨਾਲ ਵੇਖ ਰਹੇ ਹੋ ਇਸ ਵਿਕਟਰੀ ਨੂੰ ਵਾਏ ਮੋਦੀ ਮੈਂ ਇਸ ਵਿਕਟਰੀ ਨੂੰ ਬਹੁਤ ਅੱਛੀ ਤਰ੍ਹਾਂ ਦੇਖ ਰਹੀ ਹਾਂ ਮੈਨੂੰ ਬਹੁਤ ਪ੍ਰਾਊਡ ਹੈ ਮੋਦੀ ਜੀ 'ਤੇ ਕਿ ਉਹ ਜਿੱਤ ਗਏ ਹੈਗੇ ਹੈ ਅਤੇ ਜੋ ਇੰਡੀਆ ਦੇ ਮੁੱਦੇ ਹੈਗੇ ਉਹ ਸਾਰੇ ਠੀਕ ਕਰੇਂਗੇ ਮੋਦੀ ਜੀ ਨੇ ਜੋ ਦੇਸ਼ ਵਾਸਤੇ ਕੀਤਾ ਇਕਨੋਮਿਕਲੀ ਜੋ ਇੰਡੀਆ ਨੇ ਤਰੱਕੀ ਕੀਤੀ ਹੈ ਕਿਸੇ ਨੇ ਨਹੀਂ ਕਰੀ ਹੈ ਅਤੇ ਇੰਡੀਆ ਦੁਨੀਆ ਦੀ ਨਜ਼ਰ ਵਿੱਚ ਵੀ ਬਹੁਤ ਅੱਛਾ ਕਰ ਰਿਹਾ ਹੈ ਅਤੇ ਆਈ ਐਮ ਵੈਰੀ ਪ੍ਰਾਊਡ ਆਫ ਮੋਦੀ ਜੀ ਸੋ ਆਈ ਹੈਵ ਸ਼ਸ਼ੀ ਮਲਿਕ IDP ਸੈਕਟਰੀ ਹਾਊ ਯੂ ਸੀ ਦਿਸ ਵਿਕਟਰੀ I say, first of all, as a proud Indian, I would like to say congratulations to Mr. Modi and his cabinet. And the second thing I say that the corruption of to remove that, he took all the steps to do that. I hope he continues, and that's very dear to my heart. Thank you. Let me say something. Yes, first of all, I am a Punjabi. I am from Hoshiarpur. Punjabi meri language hai aur Punjabi mera bol hai. ਅਤੇ ਮੈਂ ਕਿਹਾ ਕਿ ਕਹਿਣਾ ਜਾਂ ਤੁਸੀਂ ਇਹ ਪੰਜਾਬੀ ਦਾ ਸ਼ੋਅ ਹੈ ਮੈਂ ਤੁਸੀਂ ਪੰਜਾਬੀ ਦੇ ਮੁੱਦੇ ਲੈ ਕੇ ਆਏ ਹੋ ਮੈਨੂੰ ਪਤਾ ਕਿ ਪੰਜਾਬ ਦੇ ਅੰਦਰ ਹਿੰਦੂ ਸਿੱਖ ਲੋਕ ਦੋਨੋਂ ਰਹਿੰਦੇ ਆ ਔਰ ਦੋਨੋਂ ਪ੍ਰੇਮ ਦਾ ਨੈਂਦੇ ਰਹਿੰਦੇ ਆ ਤੁਹਾਡੇ ਹੁਸ਼ਿਆਰਪੁਰ ਤੋਂ ਵੀ ਬੀਜੇਪੀ ਆਈ ਹੈ ਹਾਂ ਨਹੀਂ ਪਰ ਮੈਨੂੰ ਪਤਾ ਉਹਦਾ ਉਸ ਗੱਲ ਦਾ ਹੀ ਪਤਾ ਪਰ ਹੁਸ਼ਿਆਰਪੁਰ ਅਸੀਂ ਪੰਜਾਬੀ ਲੋਕ ਸਿੱਖ ਸਾਡੇ ਭਰਾ ਅਸੀਂ ਸਿੱਖ ਹਿੰਦੂ ਕੋਤੇ ਕੋ ਉਹਨਾਂ ਦੀ ਕੋਈ ਆਪਸ ਦੇ ਅੰਦਰ ਕੋਈ ਬੈਰ ਨਹੀਂ ਹੈ ਕੋਈ ਦੁਸ਼ਮਣੀ ਨਹੀਂ ਹੈ ਇਹ ਤਾਂ ਸਿਰਫ ਪੋਲੀਟੀਸ਼ੀਅਨ ਲੋਕ ਜਿਹੜੇ ਆ ਸ਼ੁਰੂ ਕਰਦੇ ਆ ਤਾਂ ਉਹ ਝਗੜੇ ਹੁੰਦੇ ਆ ਅੱਛਾ ਪਹਿਲੀ ਤਾਂ ਗੱਲ ਇਹ ਹੈ ਅਦਰ ਥਿੰਗ ਆਈ ਥਿੰਕ ਬੇਸਿਕਲੀ ਇਫ ਯੂ ਥਿੰਕ ਅਬਾਊਟ ਇਟ ਵਟ ਹੈਜ਼ ਹੈਪਨਡ ਇਜ਼ ਓਵਰ ਦ ਈਅਰਸ ਕਾਂਗਰਸ ਰੂਲਡ ਇੰਡੀਆ ਫਾਰ ਲੋਂਗ ਟਾਈਮ ਆਈ ਮੀਨ ਆਈ ਨੋ ਦੇਰ ਆਰ ਮੈਨੀ ਪੀਪਲ ਹੂ ਆਰ ਬੀਜੇਪੀ ਸਪੋਰਟਰਸ ਦੇ ਸੇ ਕਾਂਗਰਸ ਵਾਜ਼ ਗੁੱਡ ਫਾਰ ਨਥਿੰਗ ਐਟ ਆਲ ਦੈਟ ਸਟਫ ਆਈ ਡਿਸਕ੍ਰੈਡਿਟ ਦੈਟ ਕੰਪਲੀਟਲੀ ਕਾਂਗਰਸ ਵਾਜ਼ ਗੁੱਡ ਕਾਂਗਰਸ ਲੇਡ ਦਾ ਫਾਊਂਡੇਸ਼ਨ ਐਂਡ ਆਈ ਮੀਨ ਲੇਡ ਦਾ ਫਾਊਂਡੇਸ਼ਨ ਦੇਰ ਵਾਜ਼ ਕਰਪਸ਼ਨ ਦੇਰ ਵਰ ਪੀਪਲ ਹੂ ਵਰ ਡੂਇੰਗ ਕਰਪਸ਼ਨ ਐਂਡ ਸਟਫ ਲਾਈਕ ਦੈਟ ਹੂ ਵਰ ਪੋਕਟਿੰਗ ਮਨੀ ਇਨ ਦੇਰ ਓਨ ਪੋਕਟਸ ਦੈਟ ਵਾਜ਼ ਬੈਡ ਤੁਹਾਨੂੰ ਲੱਗਦਾ ਹੁਣ ਮੋਦੀ ਦੇ ਬਣਨ ਤੋਂ ਬਾਅਦ ਕਰਪਸ਼ਨ ਤੋਂ ਨਿਜਾਤ ਮਿਲੇਗੀ ਭਾਰਤ ਨੂੰ ਹਾਂ ਇਹ ਮੈਂ ਇਹ ਦੇਖੋ ਗੱਲ ਇਹ ਆ ਕਿ ਪਹਿਲੇ ਤਾਂ ਮੋਦੀ ਦੁਆਰਾ ਬਣਿਆ ਪ੍ਰਾਈਮ ਮਿਨਿਸਟਰ ਰਾਈਟ ਔਰ ਮੈਜੋਰਟੀ ਵੀ ਕਾਫੀ ਆਈ ਹੈ ਇਹਦਾ ਮਤਲਬ ਇਹ ਆ ਕਿ ਲੋਕਾਂ ਨੂੰ ਮਤਲਬ ਲੱਗਦਾ ਕਿ ਜਿਹੜਾ ਦੇਸ਼ ਹੈਗਾ ਅੱਗੇ ਪ੍ਰੋਗਰੈਸ ਕਰ ਰਿਹਾ ਉੱਨਤੀ ਕਰ ਰਿਹਾ ਔਰ ਕਰਪਸ਼ਨ ਜਿਹੜੀ ਹੈਗੀ ਹੈ ਘੱਟ ਗਈ ਹੈ ਤਾਂ ਉਹਦੇ ਨਾਲ ਲੋਕਾਂ ਨੂੰ ਫਾਇਦਾ ਹੋ ਰਿਹਾ ਪਰ ਕਿਉਂ ਮੈਨੂੰ ਇੰਨਾ ਵੀ ਪਤਾ ਲੋਕ ਕੀ ਕਹਿੰਦੇ ਆ ਕਿ ਜਿਹੜੀ ਸੈਂਟਰ ਦੇ ਅੰਦਰ ਗਵਰਨਮੈਂਟ ਆ ਉੱਥੇ ਘੱਟ ਕਰਪਸ਼ਨ ਆ ਕਰਪਸ਼ਨ ਦੀ ਗੱਲ ਕਰ ਰਿਹਾ ਪਰ ਸਵਾਲ ਇੱਥੇ ਵੱਡਾ ਹੈ ਬਣਦਾ ਫਿਰ ਨੀਰਵ ਮੋਦੀ ਔਰ ਵਿਜੇ ਮਾਲਿਆ ਦੇ ਨਾਲ ਜਿਹੜੀ ਹੱਟੀ ਸੱਟੀ ਹੈ ਫਿਰ ਨਰਿੰਦਰ ਮੋਦੀ ਨੇ ਕਿਉਂ ਲਗਾਈ ਇਹ ਵੀ ਵਿਰੋਧੀਆਂ ਨੇ ਜਿਹੜਾ ਸਵਾਲ ਚੱਕਿਆ ਸੀਗਾ ਬੌਬੀ ਬਜ਼ੀਨ ਮੇਰੇ ਨਾਲ ਮੌਜੂਦ ਹਨ ਜੋ ਕਿ ਬਹੁਤ ਹੀ ਸੋਹਣੀ ਡਿਬੇਟ ਕਰਦੇ ਹੁਣ ਕਈ ਟੀਵੀ ਚੈਨਲਾਂ ਦੇ ਉੱਤੇ ਅਸੀਂ ਉਹਨੂੰ ਵੇਖਿਆ ਵੀ ਆ ਬੌਬੀ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਕਾਸਟ ਕ੍ਰੀਡ ਜਿਹੜਾ ਭਾਰਤ ਦੇ ਵਿੱਚ ਇੱਕ ਜਿਹੜਾ ਮੁੱਦਾ ਵੀ ਰਿਹਾ ਸੀਗਾ ਮੁਸਲਮਾਨ ਹਿੰਦੂ ਇਸ
ਇਹ ਜ਼ਿਆਦਾ ਗੱਲ ਸਾਹਮਣੇ ਆਈ ਸੀ ਔਰ ਜਿਹੜੇ ਅਹਿਮ ਮਸਲੇ ਸੀਗੇ ਉਹ ਦੱਬ ਗਏ ਸੀਗੇ, ਤੁਹਾਨੂੰ ਲੱਗਦਾ ਕਿ ਮਸਲਿਆਂ ਦੀ ਜਿੱਤ ਹੋਈ ਹੈ ਜਾਂ ਫਿਰ ਨਰਿੰਦਰ ਮੋਦੀ ਦੀ ਜਿੱਤ ਹੋਈ ਆ? ਸੀ, ਮੈਂ ਥੋੜ੍ਹਾ ਇਸ ਚੀਜ਼ ਨੂੰ ਡਿਫਰੈਂਟ ਵੇ 'ਚ ਪ੍ਰੈਜੈਂਟ ਕਰਨਾ ਚਾਹਾਂਗਾ. ਫਸਟ ਆਫ ਆਲ, ਕੰਗ੍ਰੈਚੁਲੇਸ਼ਨਸ ਟੂ ਆਲ ਦੀ ਇੰਡੀਅਨਸ, ਦੈਟਸ ਨੰਬਰ ਵਨ. ਨੰਬਰ ਟੂ, ਇਫ ਯੂ ਸੀ ਦ ਮੈਜੋਰਿਟੀ ਆਫ ਦ ਸੀਟਸ ਵਨ ਪਾਰਟੀ ਹੈਜ਼ ਅਕਿਓਰਡ, ਇੱਕੋ ਹੀ ਪਾਰਟੀ 348 ਸੀਟਾਂ ਲੈ ਕੇ ਗਈ ਹੈ ਬੜੇ ਸਾਲਾਂ ਬਾਅਦ. ਮੇਰੇ ਖਿਆਲ ਸੇ 1970 'ਚ ਸ਼ਾਇਦ ਇਸ ਤਰ੍ਹਾਂ ਆਈ ਸੀ ਮੇਰੇ ਖਿਆਲ, ਇਫ ਆਈ ਐਮ ਨੋਟ ਰੋਂਗ, ਆਈ ਮੇ ਬੀ ਰੋਂਗ. ਐਨੀਵੇ, ਆਈ ਥਿੰਕ ਇਟ ਵਾਸ ਰਾਜੀਵ ਗਾਂਧੀ 1994. ਯੈਸ, ਯੂ ਆਰ ਰਾਈਟ. ਅੱਛਾ, ਇਹ ਇੱਕ ਚੀਜ਼ ਨੂੰ ਇਹ ਦਰਸਾਉਂਦਾ ਕਿ ਜਿਹੜੀ ਜਨਤਾ ਹੈ ਨਾ ਇੰਡੀਆ ਦੀ, ਸਿਟੀਜ਼ਨਸ, ਦੇ ਹੈਵ ਬਿਕਮ ਮੋਰ ਮੈਚੋਰ ਐਂਡ ਵੈਰੀ ਸੀਰੀਅਸ ਅਬਾਊਟ ਹੂ ਦੇ ਆਰ ਗੋਇੰਗ ਟੂ ਪਿੱਕ. ਦ ਡਾਇਨਾਮਿਕਸ ਆਫ ਪੋਲੀਟਿਕਸ ਇਨ ਇੰਡੀਆ ਹੈਵ ਬੀਨ ਚੇਂਜ ਇਨ ਲਾਸਟ ਕਪਲ ਆਫ ਈਅਰਸ. ਐਂਡ ਦੈਟ ਬੀਂਗ ਸੈਡ, ਦ ਰੀਜ਼ਨ ਦ ਡਾਇਨਾਮਿਕਸ ਹੈਵ ਬੀਨ ਚੇਂਜ ਇਨ ਇੰਡੀਅਨ ਪੋਲੀਟਿਕਸ ਬਿਕੋਜ ਆਫ ਪੀਪਲ ਆਰ ਮੋਰ ਐਜੂਕੇਟਡ. And in last 5 years, this government has given a knowledge of constitution to the citizens of India. In last 65 years, there was no knowledge of constitution to civil Indians. Unko pata hi nahi hai ki hamare maulik aur naitik adhikar hote kya hain. Like I was discussing with you yesterday, if you remember, ek police wala aapko rok leta, aap usko puchoge kis wajah se mere ko roka hai, tell me kaun si dhara ke andar aap mere ko pakad rahe ho, he probably don't know the whole thing. And then he called the SHO. It happened experience with me when I was in India 2 years ago. He just stopped me for no reason. Achha, baro aayo, haan ji aayo. Achha. So these are the little things ek Arab ki country mein hoti hain. Lekin majority jo hai na, majority ye hai ki young 2022 mein India will become a first country to have a more than 60% youngster. Those will be less than 30 years old. The constitutional rights which has been taken away from the normal civilian from India, they will become back. They have to given to them. That's number one. That being said, agar wo constitutional rights ki information aur unko diye jayenge jo unhanu nahi milde pe, ode naal toda crime ghat hoega, lokan nu dar hoega ki constitute da pata hoega ki eh karanga te eh saza milegi. Chori uchakki ghat hoegi, chhoot farebi ghat hoegi, dhokha dhadi ghat hoegi. ਉਹ ਸਾਰੀਆਂ ਚੀਜ਼ਾਂ ਕਿਵੇਂ ਘੱਟ ਹੋਣੀ, ਉਹਦੀ ਇੱਕ ਦੂਜੀ ਬੜੀ ਵੱਡੀ ਵਜ੍ਹਾ ਵੀ ਹੈ. ਤੁਸੀਂ ਦੇਖੋ, ਜ਼ਿਆਦਾਤਰ ਸਰਕਾਰੀ ਜਿਹੜੇ ਖਾਤੇ ਸੀ, ਸਰਕਾਰੀ ਮੁਲਾਜ਼ਮ ਸੀ ਜਿਹੜੇ, ਉਹ ਫਾਈਲਾਂ ਦੇ ਵਿੱਚ ਲਿਖਿਤ ਮੈਨੂਅਲੀ ਕੰਮ ਕਰਦੇ ਸੀ. ਪਿਛਲੇ 5 ਤੋਂ 10 ਸਾਲਾਂ ਦੇ ਵਿੱਚ, ਰੈਦਰ ਮੈਂ 10 ਸਾਲ ਹੀ ਕਹਾਂਗਾ, ਮੈਂ ਮਨਮੋਹਨ ਸਿੰਘ ਜੀ ਨੂੰ ਕਰਾਂਗਾ. ਮੋਦੀ ਵਿਕਲਪ ਭਾਰਤ ਲਈ ਵਧੀਆ ਹਾਂ ਜਾਂ ਨਾ? ਅਗਰ ਵਧੀਆ ਨਾ ਹੁੰਦਾ ਤੇ 1 ਅਰਬ ਦੀ ਜਿਹੜੀ ਕੰਟਰੀ ਦੀ ਜਨਰੇਸ਼ਨ ਹੈ ਉਹ ਇਹਨੂੰ ਦੁਬਾਰਾ ਨਾ ਲੈ ਕੇ ਆਉਂਦੀ. ਇਟਸ ਵੈਰੀ ਸਿੰਪਲ. ਨਾ ਲੈ ਕੇ ਆਉਂਦੀ, ਇਹ ਭਾਰਤ ਦੇ ਲੋਕਾਂ ਨੇ ਹਿਮਾਇਤ ਕੀਤੀ ਹੈ, ਜਿਸ ਕਰਕੇ 340 ਤੋਂ ਵੀ ਜ਼ਿਆਦਾ ਸੀਟਾਂ ਆਈਆਂ, 348 ਸੀਟਸ ਆਈਆਂ. ਲੇਕਿਨ ਇੱਥੇ ਗੱਲ ਸਾਡੇ NRI ਭਰਾਵਾਂ ਦੇ ਲਈ, ਸਾਡੇ ਸਿੱਖ ਡਾਇਸਪੋਰਾ ਦੇ ਲਈ, ਕੀ ਉਹ ਸਾਡੀ ਪੱਗ ਨੂੰ ਮਾਣ ਦਵਾਉਣ ਦੇ ਵਿੱਚ ਕਾਮਯਾਬ ਹੋਏ ਪਿਛਲੇ 5 ਸਾਲਾਂ ਦੇ ਵਿੱਚ? ਕੀ ਉਹਨਾਂ ਦੇ ਸਾਡੀ ਪੱਗ ਦੀ ਲਾਜ ਰੱਖੀ? ਕੀ ਇਨ ਫਿਊਚਰ ਉਹ ਸਾਡੀ ਪੱਗ ਦੀ ਲਾਜ ਰੱਖਣਗੇ? ਇੱਕ ਵੱਡਾ ਸਵਾਲ ਬਣਦਾ. ਕੀ ਉਹ ਘੱਟ ਗਿਣਤੀਆਂ ਦੇ ਵਿੱਚ ਜਿਹੜਾ ਰੋਸ਼ ਹੈ, ਘੱਟ ਗਿਣਤੀਆਂ ਦੇ ਵਿੱਚ ਜਿਹੜਾ ਕੌਨਫੀਡੈਂਸ ਲੈਵਲ ਹੈ ਉਹ ਪੈਦਾ ਕਰ ਪਾਉਣਗੇ? ਮੈਂ ਇੱਥੇ ਮਿਨੋਰਟੀਜ਼ ਦੀ ਗੱਲ ਕਰ ਰਿਹਾ, ਜਦ ਹਿੰਦੂ ਰਾਸ਼ਟਰ ਏਜੰਡਾ ਜਿਹੜਾ ਲੰਬੇ ਸਮੇਂ ਤੋਂ ਵੱਖ ਵੱਖ ਟੀਵੀ ਸਟੇਸ਼ਨਾਂ ਦੇ ਉੱਤੇ, ਵੱਖ ਵੱਖ ਨਿਊਜ਼ ਪੇਪਰਾਂ ਦੇ ਉੱਤੇ ਸਾਨੂੰ ਸੁਣਨ ਨੂੰ ਮਿਲਿਆ, ਲੇਕਿਨ ਕੀ ਹੁਣ ਅੱਗੇ ਟਰਬਨ ਨੂੰ ਉਹ ਮਾਣ ਦਵਾਉਣ ਪਾਣਗੇ? ਇਹ ਇੱਕ ਵੱਡਾ ਸਵਾਲ ਬਣਦਾ. ਅਤੇ ਟਾਈਮ ਸਕੁਅਰ ਦੇ ਉੱਤੇ ਟਰਬਨ ਡੇ ਸਪੈਸ਼ਲੀ ਬਕਾਇਦਾ ਤੌਰ ਦੇ ਉੱਤੇ ਰੱਖੀ ਜਾਂਦੀ ਹੈ, ਜਿੱਥੇ ਪੱਗ ਦਾ ਮਾਣ ਇਸ ਧਰਤੀ ਦੇ ਉੱਤੇ ਤੇ ਬਣਾਇਆ ਜਾਂਦਾ. ਕੀ ਲੇਕਿਨ ਹੁਣ ਭਾਰਤ ਦੇ ਵਿੱਚ ਵੀ ਪੱਗ ਦਾ ਮਾਣ ਜਿਹੜਾ ਉਹ ਵਧੇਗਾ? ਮੇਰੇ ਨਾਲ ਪ੍ਰਿੰਸ ਬੱਗਾ ਮੌਜੂਦ ਹਨ, ਜੋ ਕਿ ਟਰਬਨ ਡੇ ਬਕਾਇਦਾ ਤੌਰ ਦੇ ਉੱਤੇ ਟਾਈਮ ਸਕੁਅਰ ਦੇ ਉੱਤੇ ਕਰਾਉਂਦੇ ਹਨ, ਅੱਜ IDP ਕਮੇਟੀ ਦੇ ਹੈ ਮੈਂਬਰ ਵੀ ਹਨ, ਅਤੇ ਕਿਸ ਤਰੀਕੇ ਨਾਲ ਵੇਖ ਰਹੇ ਹਨ ਮੋਦੀ ਦੀ ਵਿਕਟਰੀ ਨੂੰ? ਸਭ ਤੋਂ ਪਹਿਲਾਂ ਤਾਂ ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੂਜੀ ਗੱਲ, ਜਿਹੜਾ ਕਿਰਤ ਜੀ ਤੁਸੀਂ ਜਿਹੜਾ ਸਵਾਲ ਪੁੱਛਿਆ, ਬੜਾ ਹੀ ਬਹੁਤ ਹੀ ਸੈਂਸਿਟਿਵ ਸਵਾਲ ਪੁੱਛਿਆ, ਬਹੁਤ ਹੀ ਅੱਛਾ ਸਵਾਲ ਪੁੱਛਿਆ ਹੈਗਾ। ਮੇਰੇ ਹਿਸਾਬ ਨਾਲ ਜਦੋਂ ਮੋਦੀ ਜੀ ਪਹਿਲੀ ਵਾਰ ਆਏ ਸੀਗੇ ਤਾਂ ਉਹਨਾਂ ਨੂੰ ਕੋਈ ਜ਼ਿਆਦਾ ਜਾਣਦਾ ਨਹੀਂ ਸੀ, ਕਿਉਂਕਿ ਜਿਹੜੀ BJP ਦੀ ਜਿਹੜੀ ਲਾਈਨ ਹੈਗੀ ਸੀ ਉਹ ਅਡਵਾਨੀ ਜੀ ਅਤੇ ਹੋਰ ਜਿਹੜੇ ਮੇਨ ਹੈਗੇ ਸੀ ਉਹਨਾਂ ਦੇ ਨਾਂ ਤੋਂ ਜਾਣੀ ਜਾਂਦੀ ਸੀ ਅਤੇ ਮੋਦੀ ਜੀ ਨੂੰ ਕੋਈ ਘੱਟ ਜਾਣਦੇ ਸੀਗੇ। ਪਰ ਜਨਤਾ ਨੇ, ਲੋਕਾਂ ਨੇ ਉਹਨਾਂ 'ਤੇ ਫਿਰ ਵਿਸ਼ਵਾਸ ਕੀਤਾ ਅਤੇ ਉਹ ਵਿਸ਼ਵਾਸ ਦਾ ਜਿਹੜਾ ਉਹਨਾਂ ਨੇ ਅਸਰ ਦਿਖਾਇਆ ਅਤੇ ਇੰਨਾ ਦਿਖਾਇਆ ਕਿ ਉੱਥੇ ਤਰੱਕੀਆਂ ਵੀ ਹੋਈਆਂ ਅਤੇ ਕੁਝ ਕੰਮ ਐਸੇ ਹੀ ਯੋਜਨਾਵਾਂ ਜਿਹੜੀ ਇੰਨਾ ਕੁਝ ਹੋਇਆ, ਬਹੁਤ ਵਧੀਆ ਹੋਇਆ। ਹੁਣ ਜਿਹੜਾ ਉਹਨਾਂ ਨੇ ਇੰਨਾ ਵੱਡਾ ਹੁੰਗਾਰਾ ਭਰ ਕੇ ਦਿੱਤਾ ਹੈਗਾ, ਇਹ ਉਹਨਾਂ ਨੂੰ ਜਾਣਨ ਤੋਂ ਬਾਅਦ ਦਿੱਤਾ, ਦੈਟ ਸੇਜ਼ ਇਟ ਆਲ। ਵੰਸ ਯੂ ਡੋਂਟ ਨੋ ਐਂਡ ਨਾਓ ਯੂ ਨੋ, ਇਟ ਮੀਨਸ ਪੀਪਲ ਹੈਵ ਲਵਡ ਇਟ, ਕਿ ਬਈ ਇਹਨਾਂ ਨੂੰ ਜਾਣਨ ਤੋਂ ਬਾਅਦ ਤਾਂ ਹੋਰ ਵੀ ਆਨੰਦ ਆ ਰਿਹਾ ਹੈਗਾ। ਆਈ ਪਰਸਨਲੀ ਬਿਲੀਵ ਕਿ ਜਿਹੜੇ ਕਿਰਿਓਸਿਟੀਜ਼, ਜਿਹੜੇ ਕੁਸ਼ਚਨ, ਜਿਹੜੇ ਮਨ ਦੇ ਹੁੰਗਾਰੇ ਹੈਗੇ ਨੇ ਸਾਡੀ ਆਮ ਜਨਤਾ ਦੇ, ਇੰਡੀਆ ਦੇ ਵਿੱਚ ਔਰ ਇੱਥੇ ਵੀ ਨਾਲ ਵੀ, ਮੈਨੂੰ ਲੱਗਦਾ ਹੈ ਕਿ ਜ਼ਰੂਰ ਪੂਰਾ ਕਰਨਗੇ, ਕਿਉਂਕਿ
ਇੰਨੇ ਸਾਲਾਂ ਦੇ ਵਿੱਚ ਕਦੀ ਕਿਸੇ ਵੀ 1984 ਦੇ ਬੰਦੇ ਨੂੰ ਸਜ਼ਾ ਨਹੀਂ ਮਿਲੀ, ਜੇ ਮਿਲੀ ਹੈ ਤਾਂ ਹੁਣ ਮਿਲੀ ਹੈਗੀ ਹੈ, ਅਤੇ ਐਟ ਦੈਟ ਸੇਜ਼ ਇਟ ਆਲ, ਜ਼ਿਆਦਾ ਨਾ ਕਹਿੰਦਾ ਹੋਇਆ ਆਈ, ਤੁਸੀਂ ਸਾਰਾ ਕੁਝ ਜਾਣਦੇ ਹੀ ਹੈਗੇ ਹੋ, ਮੈਂ ਇਹੀਓ ਕਹਾਂਗਾ ਕਿ ਉਮੀਦ ਬਹੁਤ ਹੈਗੀ ਹੈ, ਅਤੇ ਮੈਨੂੰ ਪੱਕਾ ਪਤਾ ਕਿ ਮੋਦੀ ਜੀ ਉਮੀਦ ਤੋਂ ਖਰੇ ਉਤਰਨਗੇ, ਮੋਦੀ ਜੀ ਉਮੀਦ ਤੋਂ ਖਰੇ ਉਤਰਨਗੇ। ਅਤੇ ਸਿੱਖ ਡਾਇਸਪੋਰਾ ਜਿਨ੍ਹਾਂ ਵਿੱਚੋਂ ਇੱਕ ਰੀਪ੍ਰੈਜੈਂਟੇਟਿਵ ਟਰਬਨ ਡੇ ਦੇ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ਲੇਕਿਨ ਤੁਹਾਡੀ ਰਾਏ ਕੀ ਹੈ, ਮੈਂ ਤੁਹਾਡੇ ਵੀ ਰਾਏ ਜਾਣਨਾ ਚਾਹੁੰਦਾ, ਤੁਹਾਨੂੰ ਲੱਗਦਾ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਮੁੜ ਤੋਂ ਸਹੁੰ ਚੁੱਕਣਗੇ ਪ੍ਰਾਈਮ ਮਿਨਿਸਟਰ ਦੀ, ਉਹ ਸਿੱਖਾਂ ਦੇ ਮਸਲਿਆਂ ਦੇ ਉੱਤੇ ਖਰੇ ਉਤਰਨਗੇ? ਤੁਸੀਂ ਮੈਨੂੰ ਲਿਖ ਕੇ ਭੇਜ ਸਕਦੇ ਹੋ, ਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ, ਔਰ ਅਸੀਂ ਉਹਨਾਂ ਸਾਰੀ ਮੇਲਸ ਨੂੰ ਪੜਾਂਗੇ ਔਰ ਤੁਹਾਨੂੰ ਅਸੀਂ ਰਿਵਰਟ ਬੈਕ ਵੀ ਕਰਾਂਗੇ। ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਜ਼ਰੂਰ ਮੈਨੂੰ ਮੇਲ ਕਰਕੇ ਲਿਖਿਓ, ਲੇਕਿਨ ਫਿਲਹਾਲ ਮੈਂ ਇੱਥੇ ਇੱਕ ਨਿੱਕੇ ਜਿਹੇ ਵਕਫੇ ਲਈ ਰੁਕ ਰਿਹਾ ਹਾਂ, ਜਦ ਵਕਫੇ ਤੋਂ ਬਾਅਦ ਵਾਪਸ ਆਵਾਂਗਾ, ਲਵਾਂਗਾ ਇੱਥੇ ਮੌਜੂਦ ਹੋਰ ਲੋਕਾਂ ਦੀ ਰਾਏ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਅਖੀਰਲੇ ਸੈਗਮੈਂਟ ਦੇ ਵਿੱਚ ਹੁਣ ਗੱਲ ਹੋ ਰਹੀ ਸੀਗੀ ਕਿ ਜਿਹੜੀ ਨੈਗੇਟਿਵ ਪ੍ਰਚਾਰ ਅਸੀਂ ਕਹਿ ਲਈਏ ਕਿ ਵੱਖ ਵੱਖ ਮੀਡੀਆ ਸਟੇਸ਼ਨਸ ਦੇ ਉੱਤੇ, ਵੱਖ ਵੱਖ ਚੈਨਲਾਂ ਦੇ ਉੱਤੇ, ਜਾਂ ਫਿਰ ਪ੍ਰਿੰਟ ਮੀਡੀਆ ਦੇ ਉੱਤੇ, ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਇਹ ਕਿਹਾ ਰਿਹਾ ਜਾ ਰਿਹਾ ਸੀਗਾ ਕਿ EVM ਦੇ ਵਿੱਚ ਗੜਬੜੀ ਹੈ ਜਾਂ ਫਿਰ ਜਿਹੜਾ ਮੀਡੀਆ ਉਹ ਵਿਕਾਊ ਹੈ, ਅਸੀਂ ਲਗਾਤਾਰ ਵੱਖ ਵੱਖ ਸਵਾਲ ਇੱਥੇ ਅਸੀਂ ਲੋਕਾਂ ਨੂੰ ਪੁੱਛੇ। ਲੇਕਿਨ ਜਿਹੜੀ ਹੁਣ ਇੰਡੀਆ ਡੇ ਪਰੇਡ ਹੈ, ਹੁਣ ਉਹਦਾ ਆਗਾਜ਼ ਹੋ ਚੁੱਕਿਆ, ਜੋ ਕਿ ਹਾਲ ਫਿਲਹਾਲ ਦੇ ਵਿੱਚ ਅੱਗੇ ਵੱਖ ਵੱਖ ਸਟੇਟਾਂ ਦੇ ਵਿੱਚ ਹੋਏਗੀ। ਲੇਕਿਨ ਸਵਾਲ ਇੱਥੇ ਵੱਡਾ ਇਹ ਬਣਦਾ ਕਿ 5 ਸਾਲ ਭਾਰਤ ਨੇ ਨਰਿੰਦਰ ਮੋਦੀ ਨੂੰ ਦਿੱਤੇ, ਹੁਣ 5 ਸਾਲ ਹੋਰ ਜਿਹੜੇ ਨੇ ਉਹ ਭਾਰਤ ਦੇ ਲੋਕ ਦੇ ਰਹੇ ਹਨ, NRI ਕੀ ਮੰਗ ਕਰਦਾ, NRIਆਂ ਦੀ ਕੀ ਡਿਮਾਂਡ ਹੈ? ਅਤੇ ਮੁਕੇਸ਼ ਮੋਦੀ ਮੇਰੇ ਨਾਲ ਮੌਜੂਦ ਹਨ, ਮਿਸਟਰ ਮੋਦੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਜੋ ਕਿ ਇੱਥੇ ਹਿਮਾਇਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਜ਼ਰ ਆ ਰਹੇ ਹਨ, ਔਰ ਉਹ ਐਕਸਪੈਕਟ ਵੀ ਕਰ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੀ ਐਕਸਪੈਕਟ ਕਰ ਰਹੇ ਹਨ, ਖੁਦ ਆਪ ਜਾਣਦੇ ਹਨ ਇਹਨਾਂ ਤੋਂ। ਸੋ ਮਿਸਟਰ ਮੋਦੀ, ਵਟ ਯੂ ਥਿੰਕ ਕਿ ਹੁਣ ਕਿਹੜੇ ਕਿਹੜੇ ਮਸਲਿਆਂ ਦੇ ਉੱਤੇ ਜਿਹੜੀ ਰਾਜਨੀਤੀ ਕਹਿ ਲਈਏ ਜਾਂ ਫਿਰ ਜਿਹੜੇ ਕੰਮ ਹਨ ਉਹ ਨਰਿੰਦਰ ਮੋਦੀ ਨੂੰ 5 ਈਅਰ ਜਿਹੜੇ ਹੁਣ ਅੱਗੇ 5 ਸਾਲ ਆ ਰਹੇ ਹਨ ਉਹਦੇ ਉੱਤੇ ਕਰਨੇ ਚਾਹੀਦੇ ਹਨ? ਵਟ ਯੂ ਐਕਸਪੈਕਟ ਫਰੋਮ ਹਿਮ? ਫਸਟ ਆਫ ਆਲ ਆਈ ਵੁੱਡ ਰਿਕੁਐਸਟ ਐਵਰੀਬਡੀ, ਆਲ ਇੰਡੀਅਨਸ, because now it's the biggest loktantra and everybody has chosen him, so close your eyes and trust the government. Any government would comes, please close your eyes, trust them, support the same government. And I would ask Mr. Modi ji and request the Modi sarkar to develop the business, whatever the problem we had faced. The biggest problem was unemployment, so I would definitely request him to take care of the unemployment portion, and also the business, and also the security, which he's already doing it. He has worked really hard, and yes, he made some mistake, but the bottom line is he was the decision maker. He made a lot of decisions, and yes, some of them fall through, some of them went through, but again, he has to work hard again to prove himself that whatever the negative thing were going, he has to turn into the positive, and throughout the country, throughout the India, throughout the world, I would request him to be united, and jo unke bare mein kaha gaya, whatever they said about that he is a diversify, is not, I would think he is the one who has united everyone, because what he said, sabka saath sabka vikas, so like he meant to say that everyone is together, and he has never diversified, which I would say in fact the whole vipaksh party became united. So that's what I would like to inform you, and I will request from this channel, from Just Punjabi, thank you very much for covering this, thank you please with this channel, if he can get the message, I would request him to please take care of your health. If Modi ji, if you take care of your health, I think then you will have more victories and you can do much better work, because the whole country needs you. Mr. Mukesh, so we have lots of Sikh dignitaries, those who are watching you right now. There are lots of, you know, religious body, those who are watching you right now. So as you are also a part of Narendra Modi management committee, whenever they come here, so you guys take care of Narendra Modi. So if they want to meet you, and if they have some issues and they want to share that issues with Prime Minister Narendra Modi, so how they can contact you and how you guys can eliminate those issues with them? Okay. See, I think Narendra Modi is very much transparency. I think anybody can approach him through his management. There's an email there. He has one app, Narendra Modi. They can download that. It's very easy to approach them. And again, I would say we all are one Indian
Sikh, Punjabi, Gujarati, Maharashtrian, anybody, we are all same. So I think he should take care of every community together. That's what I would say. So thank you, Mr. Mukesh Modi, for your valuable comments and feedback on the victory of Narendra Modi. So I have another guest from the IDP committee chair. So Sasrikal ji, thoda naam? Mera naam Sanjeev Jindal. Jindal ji, kis tarike naal vekh rahe ho is victory nu? Singh saab, bahut wadiya question hai. Te, as we are listening that Mr. Modi is saying about Indian nation, we are standing over here in the oldest democracy, and today we are talking about the largest democracy in the world. People's decisions are always finals. That is pretty much sure. In 2014 elections, we are looking into that one, that how the things are going to look like, what this new gentleman is going to come on the center from the state. State politics is absolutely different, and the center is absolutely different. All are worried that how he's going to behave, how he's going to perform, and they are saying that sabka saath sabka vikas, but is that true? But there is a new slogan comes up yesterday, I believe everyone heard about that, ki sabka saath sabka vikas sabka vishwas. That is a new things comes up, and couple of days back it comes up as a chonkidar, and before that it comes up Modi hai to mumkin hai. There is so many laws in our country that pending from 1947 since the independence came up. You know, there is so many laws get amended, and only Mr. Modi as a Prime Minister of India cannot do anything until unless the peoples are going to be behind them. So ਕਹਿਣ ਦਾ ਭਾਵ ਹੈ ਕਿ ਜਿਹੜੀ ਹੁਣ ਹਿਮਾਇਤ ਇੱਥੇ ਵੱਖ ਵੱਖ ਜਿਹੜੇ ਅਦਾਰਿਆਂ ਨੇ ਕੀਤੀ, ਤੁਹਾਨੂੰ ਅੱਜ ਮੈਂ ਜਿਹਨਾਂ ਸੰਸਥਾਵਾਂ ਨਾਲ ਜਿਹੜੇ ਇਹਨਾਂ ਔਰਗਨਾਈਜੇਸ਼ਨਸ ਨਾਲ ਜੋ ਕਿ ਰੀਪ੍ਰਜੈਂਟ ਕਰਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਉਹ ਇਹੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਜੋ ਵੀ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 5 ਸਾਲਾਂ ਦੇ ਵਿੱਚ ਕੀਤਾ, ਉਹਨਾਂ ਦੀ ਐਕਸਪੈਕਟੇਸ਼ਨਸ ਹੈਗੀ ਹੈ ਕਿ ਹੋਰ ਇਸੇ ਤਰੀਕੇ ਨਾਲ ਉਹ ਕਰਦੇ ਰਹਿਣਗੇ. ਲੇਕਿਨ ਸਵਾਲ ਇੱਥੇ ਵੱਡਾ ਇਹ ਬਣਦਾ ਕਿ ਉਹ ਸਿੱਖ ਮਸਲਿਆਂ ਦੇ ਉੱਤੇ ਵੀ ਵਚਨਬੰਦ ਹੋਣਗੇ, ਕਿ ਅਜੇ ਵੀ ਸਾਡੀ ਕਮਿਊਨਿਟੀ ਨੂੰ, ਸਾਡੀ ਕੌਮ ਨੂੰ ਕੋਈ ਅਜਿਹੇ ਰੀਪ੍ਰਜੈਂਟੇਟਿਵ ਦੀ ਲੋੜ ਹੈ ਜੋ ਕਿ ਮੋਦੀ ਲੋਬੀ ਦੇ ਵਿੱਚ ਜਾ ਕੇ ਕੰਮ ਕਰ ਸਕੇ, ਔਰ ਜੋ ਸਾਡੇ ਮਸਲੇ ਹਨ ਉਹਨਾਂ ਦੇ ਉੱਤੇ ਨਜਿੱਠ ਸਕੇ. ਅਤੇ ਉਹਨਾਂ ਨੂੰ ਨਜਿੱਠਣ ਦੇ ਲਈ ਲੱਗਦਾ ਹੈ ਕਿ ਹੁਣ ਕਵਾਇਦ ਜਿਹੜੀ ਆ ਉਹ ਸ਼ੁਰੂ ਕਰਨੀ ਪਏਗੀ. ਔਰ ਖਾਸ ਤੌਰ ਦੇ ਉੱਤੇ ਮੈਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਜਿਹੜੀ ਗੱਲ ਸਾਡੀ ਕੌਮ ਦੇ ਵਿੱਚ ਆਈ ਸੀਗੀ ਕਿ RSS ਜਿਹੜੀ ਉਹ ਦਖਲ ਅੰਦਾਜ਼ੀ ਕਰਦੀ ਹੈ, ਕਿ ਅਜਿਹੀਆਂ ਜਿਹੜੀ ਗੱਲਾਂ ਵੱਖ ਵੱਖ ਚੈਨਲਾਂ ਦੇ ਉੱਤੇ ਵੱਖ ਵੱਖ ਅਦਾਰਿਆਂ ਦੇ ਉੱਤੇ ਨਿਕਲ ਕੇ ਸਾਹਮਣੇ ਆਈ ਸੀ, ਅਤੇ ਉਹਦੇ ਲਈ ਕੀ ਰੋਡ ਮੈਪ ਕਰਨ ਦੀ ਜ਼ਰੂਰਤ ਹੈਗੀ ਹੈ? ਅਤੇ ਜੇਕਰ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋ, ਜਾਂ ਫਿਰ ਤੁਸੀਂ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਸਾਡੇ ਮਸਲੇ ਹਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਰੂਰ ਨਿਪਟਾਉਣ, ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ harkirat@justbroadcasting.com, info@justbroadcasting.com, ਅਤੇ ਅਸੀਂ ਉਹਨਾਂ ਸਾਰੇ ਮੋਦੀ ਦੇ ਹਿਮਾਇਤਿਆਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਮਸਲੇ ਸਿੱਖ ਕੌਮ ਦੇ ਹਨ ਉਹਨਾਂ ਦੇ ਉੱਤੇ ਵੀ ਵਿਚਾਰ ਕੀਤਾ ਜਾਏ, ਤਾਂ ਕਿ ਉਹਦੇ ਉੱਤੇ ਵੀ ਜਿਹੜੀ ਨਜਿੱਠਣ ਦੀ ਗੱਲ ਹੈ, ਅਮਲੀਜਾਮਾ ਅਪਣਾਉਣ ਦੀ ਗੱਲ ਹੈ, ਉਹ ਵੀ ਹੋ ਸਕੇ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਕਿ 5 ਸਾਲ ਹੁਣ ਮੁੜ ਤੋਂ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੇ ਹਨ, ਅਤੇ ਉਹਨਾਂ ਨੂੰ ਮਿਨੋਰਟੀਜ਼ ਦੇ ਉੱਤੇ ਆਪਣਾ ਕੌਨਫੀਡੈਂਸ ਲੈਵਲ ਪੈਦਾ ਕਰਨ ਦੀ ਜ਼ਰੂਰਤ ਹੈ, ਤਾਂ ਕਿ ਜਿਹੜਾ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀਗੀ ਹਿੰਦੂ ਰਾਸ਼ਟਰ ਏਜੰਡੇ ਦੀ, ਜਾਂ ਫਿਰ ਭਗਵੇ ਰੰਗ ਦੀ, ਜਾਂ ਫਿਰ ਜਿਹੜੇ ਹੋਰ ਵੱਖ ਵੱਖ ਗੱਲਾਂ ਨਿਕਲ ਕੇ ਸਾਹਮਣੇ ਆ ਰਹੀ ਸੀ, ਉਹ ਗੱਲਾਂ ਦੇ ਉੱਤੇ ਸਹਿਮਤੀ ਨਾ ਜਤਾਉਂਦੇ ਹੋਏ, ਉਹਨਾਂ ਗੱਲਾਂ ਦੇ ਉੱਤੇ ਵਿਚਾਰ ਨਾ ਹੋ ਸਕੇ, ਤਾਂ ਕਿ ਮਿਨੋਰਟੀਜ਼ ਜਿਹੜੀ ਹੈ ਉਹ ਸੇਫ ਹੋ ਚੁੱਕੇ, ਘੱਟ ਗਿਣਤੀ ਜਿਹੜੀ ਹੈ ਉਹ ਮਹਿਫੂਜ਼ ਭਾਰਤ ਦੇ ਵਿੱਚ ਕਰ ਸਕੇ. ਅਤੇ ਲੇਕਿਨ ਫਿਲਹਾਲ ਅੱਜ ਅਸੀਂ ਇਸ ਮੁੱਦੇ ਨੂੰ ਇੱਥੇ ਹੀ ਖਤਮ ਕਰਨ ਦੀ ਕਵਾਇਦ ਕਰਾਂਗੇ, ਕਿਉਂਕਿ ਜੇਕਰ ਅਸੀਂ ਇਨ ਫਿਊਚਰ ਨਰਿੰਦਰ ਮੋਦੀ ਨੂੰ ਵੇਖਣਾ ਚਾਹੁੰਦੇ ਹਨ, ਔਰ ਇਨ ਫਿਊਚਰ ਜਦ ਨਰਿੰਦਰ ਮੋਦੀ ਮੁੜ ਤੋਂ ਸਹੁੰ ਲੈਣਗੇ, ਤਾਂ ਕਿਹੜੇ ਕਿਹੜੇ ਮਸਲਿਆਂ ਦੇ ਉੱਤੇ ਉਹਨਾਂ ਨੂੰ ਆਪਣੀ ਗੱਲ ਕਹਿਣ ਦੀ, ਜਿਹੜੇ ਉਹਨਾਂ ਦੀ ਰੋਡ ਮੈਪ ਹੈ ਉਹ ਤਿਆਰ ਕਰਨ ਦੀ ਲੋੜ ਹੈਗੀ ਆ. ਅਤੇ ਮੈਂ ਧੰਨਵਾਦ ਕਰਦਾ ਹੋਇਆ ਸਾਡੇ ਸਾਰੇ ਅਦਾਰਿਆਂ ਦਾ, ਜਿਨ੍ਹਾਂ ਨੇ ਅੱਜ ਸਾਨੂੰ ਆਪਣੇ ਵੱਖ ਵੱਖ ਪ੍ਰਤੀਕਰਮ ਦਿੱਤੇ. ਅੱਜ ਇਸ ਮੌਕੇ 'ਤੇ ਸਾਡੇ ਨਾਲ ਸਾਡੇ ਡਾਇਰੈਕਟਰ ਮਾਰਕੀਟਿੰਗ ਅਸ਼ਮਿਤਾ ਯੋਗੀ ਰਾਜ ਵੀ ਮੌਜੂਦ ਰਹੇ, ਜਿਨ੍ਹਾਂ ਨੇ ਸਾਨੂੰ ਵੱਖ ਵੱਖ ਇੰਟਰੋਡਕਸ਼ਨ ਕਰਾਇਆ ਅਦਾਰਿਆਂ ਦੇ ਨਾਲ. ਸਾਡੇ ਨਾਲ ਸਾਡੇ ਡਾਇਰੈਕਟਰ ਬ੍ਰੌਡਕਾਸਟਿੰਗ ਦੀਪਕ ਦਿਮਾਨ, ਉਹ ਵੀ ਰਹੇ, ਅਤੇ ਨਾਲ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਜਾਜ਼ਤ ਲੈਣਾ ਚਾਹੁੰਦਾ. ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਜਸ ਪੰਜਾਬੀ ਦੇ ਲਈ. ਤੁਸੀਂ ਵੇਖ ਰਹੇ ਸੀਗੇ ਅੱਜ ਦਾ ਮੁੱਦਾ, ਔਰ ਸਾਡੇ ਹੋਰ ਵੀ ਪ੍ਰੋਗਰਾਮ ਇਸੇ ਤਰੀਕੇ ਨਾਲ ਬਦਸਤੂਰ ਜਾਰੀ ਹਨ.